ਬਾਰੇ ਆਪਣੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ ਤੇ ਹੁਣ ਆਪਾਂ ਅੱਗੇ ਕਣਕ ਦੀ ਫਸਲ ਬਾਰੇ ਕੁਛ ਵਿਚਾਰ ਚਰਚਾ ਕਰਾਂਗੇ ਤਾਂ ਸਾਰਿਆਂ ਤੋਂ ਪਹਿਲਾਂ ਆਪਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੰਗ ਵੀਰੋ ਹੁਣ ਜਿਵੇਂ ਤਾਂ ਨਹੀਂ ਹੈ ਕਿਉਂਕਿ ਬੀਜ ਦੀ ਚੋਣ ਅਤੇ ਜਾਂ ਮੌਸਮ 'ਤੇ ਕਹਿ ਲਈਏ ਉਹ ਚਲੋ ਰੱਬ ਦੇ ਹੱਥ ਹੁੰਦਾ ਅਤੇ ਕੁਛ ਆਪਣੀ ਮਿਹਨਤ ਦੇ ਤਿੰਨ ਚੀਜ਼ਾਂ ਜਿਹੜੀਆਂ ਹੈਗੀਆਂ ਜਿਹੜੀਆਂ ਆਪਣਾ ਝਾੜ ਵਧਾ ਵੀ ਸਕਦੀਆਂ ਅਤੇ ਘਾਹ ਘਟਾ ਸਕਦੀਆਂ ਜੇਕਰ ਆਪਾਂ ਬੀਜ ਸਹੀ ਚੋਣ ਕੀਤੀ ਹੈ ਤਾਂ ਉਹਦੇ ਨਾਲ ਜਿਹੜਾ ਹੈਗਾ ਕਣਕ ਜਿਹੜਾ ਹੈਗਾ ਆਪਾਂ ਵਧੀਆ ਝਾੜ ਲੈ ਸਕਦੇ ਹਾਂ ਅਤੇ ਹੁਣ ਆਪਾਂ ਗੱਲ ਕਰਾਂਗੇ ਜਿਹੜੇ ਪਿਛਲੇ ਸਮੇਂ 'ਚ ਯੂਨੀਵਰਸਿਟੀ ਵੱਲੋਂ ਕੁਛ ਨਵੀਆਂ ਵਰਾਇਟੀਆਂ ਜਿਹੜੀਆਂ ਸਪੈਸ਼ਲ ਸੁਪਰ ਸੀਡਰ ਜਾਂ ਆਪਾਂ ਕਹਿ ਲਈਏ ਹੈਪੀ ਸੀਡਰ ਨਾਲ ਬਿਜਾਈ ਕਰਨ ਲਈ ਜਿਹੜੀਆਂ ਯੂਨੀਵਰਸਿਟੀ ਨੇ ਸਿਫਾਰਿਸ਼ ਕੀਤੀਆਂ ਉਹਦੇ ਵਿੱਚ ਚਾਰ ਵਰਾਇਟੀਆਂ ਹੁੰਦੀਆਂ ਇੱਕ ਤਾਂ ਜਿਹੜੀ ਇਸੇ ਸਾਰੀ ਆਈ ਹੈ ਪੀ ਵੀ ਡਬਲਿਊ 826 ਦੂਜੀ ਹੈਗੀ ਹੈ ਪੀ ਵੀ ਡਬਲਿਊ 869 ਤੀਜੀ ਪੀ ਵੀ ਡਬਲਿਊ 824 ਅਤੇ ਆਪਣੇ ਜਿਹੜੇ ਇੱਧਰਲੇ ਇਲਾਕਿਆਂ ਦੀ ਜਿਹੜੀ ਖਾਸ ਸਿਫਾਰਿਸ਼ ਕਰਦੀ ਯੂਨੀਵਰਸਿਟੀ ਉਹ ਹੈਗੀ ਹੈ ਪੀ ਵੀ ਡਬਲਿਊ 803 ਵਰਾਇਟੀ ਹੈ ਉਹਦਾ ਨਾਮ ਅਤੇ ਹੁਣ ਆਪਾਂ ਵਾਰੀ ਵਾਰੀ ਜਿਹੜੇ ਹੈਗੇ ਹੈ ਇਹਨਾਂ ਦੇ ਬਾਰੇ ਗੱਲ ਕਰਾਂਗੇ ਵੀ ਕਿੰਨਾ ਕੁ ਝਾੜ ਹੈਗਾ ਇਹਨਾਂ ਦਾ ਜਾਂ ਕਿੰਨੇ ਕੁ ਦਿਨ ਪੱਤਣ ਨੂੰ ਲੱਗੇ ਅਤੇ ਜਿਹੜੀ ਵਰਾਇਟੀ ਆਪਣੀ ਹੈਗੀ ਹੈ ਪੀ ਵੀ ਡਬਲਿਊ 826 ਇਹਦਾ ਜਿਹੜਾ ਕਿਸਾਨ ਵੀਰੋ ਸਭ ਤੋਂ ਵੱਧ ਝਾੜ ਹੈਗਾ ਹੁੰਦੀਆਂ ਜਿੰਨੀਆਂ ਕਣਕਾਂ ਦੇ ਬੀਜ ਆਏ ਆ ਇਹਦਾ ਝਾੜ ਔਸਤਨ ਜਿਹੜਾ ਯੂਨੀਵਰਸਿਟੀ ਕਹਿੰਦੀ ਹੈ ਉਹ 60 ਮਣ ਹੈਗਾ ਇਹ ਆਪਣਾ ਔਸਤਨ ਝਾੜ ਦੱਸਿਆ ਯੂਨੀਵਰਸਿਟੀ ਨੇ ਔਸਤਨ ਦਾ ਮਤਲਬ ਵੀ ਇਹ ਐਵਰੇਜ ਝਾੜ ਹੈ ਵੀ ਇਹਦੇ ਤੋਂ ਝਾੜ ਵੱਧ ਵੀ ਸਕਦਾ ਜੇਕਰ ਆਪਾਂ ਮਿਹਨਤ ਉਹ ਜੀ ਕਰਦੇ ਹਾਂ ਅਤੇ ਇਹਦੇ ਤੋਂ ਜੇ ਮੌਸਮ ਜਾਂ ਕਈ ਵਾਰ ਉਵੇਂ ਰਹਿੰਦਾ ਤਾਂ ਇਹਦਾ ਘੱਟ ਵੀ ਸਕਦਾ ਇਹਦਾ ਝਾੜ ਜਿਹੜਾ ਹੁਣ ਤੁਹਾਨੂੰ ਮੈਂ ਦੱਸਿਆ ਵੀ 60 ਮਣ ਹੈਗਾ ਅਤੇ ਇਹਦਾ ਜਿਹੜਾ ਕੱਦ ਹੈਗਾ ਇਸ ਕਣਕ ਦਾ ਉਹ 101 ਸੈਂਟੀਮੀਟਰ ਹੈ ਅਤੇ ਪੱਕਣ ਵਿੱਚ ਕਿਸਾਨ ਵੀਰੋ ਸਮਾਂ ਲੈਂਦੀ ਹੈ 148 ਦਿਨ ਜਿਹੜੇ ਹੈਗੇ ਆ ਇਹ ਪੱਕਣ ਵਿੱਚ ਸਮਾਂ ਲੈਂਦੀ ਹੈ ਅਤੇ ਇਹਦੇ 'ਚ ਕੀ ਖਾਸੀਅਤ ਹੈ ਜਿਹੜੀਆਂ ਪੁਰਾਣੀਆਂ ਆਪਣੀਆਂ ਵਰਾਇਟੀਆਂ ਸੀਗੀਆਂ ਉਹ ਜਿਹੜੀ ਭੂਰੀ ਗੂੰਗੀ ਉਹਨਾਂ ਨੂੰ ਲੱਗ ਸਕਦੀ ਹੁੰਦੀ ਸੀਗੀ ਅਤੇ ਪੀਲੀ ਗੂੰਗੀ ਨੂੰ ਕੁਛ ਹੱਦ ਤੱਕ ਜਿਹੜੀਆਂ ਸਹਿਣ ਕਰਦੀਆਂ ਸੀ ਇਹਦੇ 'ਚ ਜਿਹੜੀ ਹੈਗੀ ਆਪਾਂ ਨੂੰ ਜਿਹੜੀ ਪੀਲੀ ਗੂੰਗੀ ਹੈਗੀ ਹੈ ਉਹਦੇ ਲਈ ਤਾਂ ਇਹ ਸਹਿਣ ਸ਼ਕਤੀ ਹੈਗੀ ਹੈ ਇਸ ਵਰਾਇਟੀ 'ਚ ਅਤੇ ਜਿਹੜੀ ਭੂਰੀ ਗੂੰਗੀ ਹੈ ਉਹ ਜਿਹੜੀ ਇਸ ਵਰਾਇਟੀ ਨੂੰ ਬਿਲਕੁਲ ਨਹੀਂ ਲੱਗਦੀ ਹੁਣ ਆਪਾਂ ਦੂਜੀ ਵਰਾਇਟੀ 'ਤੇ ਆਈਏ ਪੀ ਵੀ ਡਬਲਿਊ 869 ਪੀ ਵੀ ਡਬਲਿਊ 869 ਦਾ ਝਾੜ ਹੈ ਜਿਹੜਾ ਉਹ ਹੈਗਾ 104 ਸੈਂਟੀਮੀਟਰ ਅਤੇ ਇਹ ਪੱਕਣ 'ਚ 158 ਦਿਨ ਲੈਂਦੀ ਹੈ ਅਤੇ ਜਿਹੜਾ ਝਾੜ ਹੈ ਇਹਦਾ 52.58 ਮਣ ਜਿਹੜਾ ਪ੍ਰਤੀ ਏਕੜ ਦਾ ਜਿਹੜਾ ਝਾੜ ਹੈ ਯੂਨੀਵਰਸਿਟੀ ਔਸਤਨ ਇਹਦਾ ਦੱਸਦੀ ਹੈ ਇਹ ਵੀ ਜਿਹੜਾ ਹੈਗਾ ਆਪਣਾ ਇਹ ਆਪਣਾ ਜਿਹੜਾ ਹੈਗਾ ਇਹਦੇ ਦਾਣੇ ਹੈਗੇ ਆ ਉਹ ਥੋੜ੍ਹੇ ਮੋਟੇ ਅਤੇ ਜਿਹੜੇ ਚਮਕੀਲੇ ਹੁੰਦੇ ਆ ਦਾਣੇ ਮੋਟੇ ਹੋਣ ਕਰਕੇ ਜਿਹੜਾ ਇਹਨਾਂ ਦਾ ਬੀਜ ਹੈਗਾ ਉਹ ਆਪਾਂ ਨੂੰ 5 ਕਿਲੋ ਵੱਧ ਪਾਉਣਾ ਪਊਗਾ ਜਿਵੇਂ ਆਪਾਂ ਹੈਪੀ ਸੀਡਰ ਜਾਂ ਉਹਨਾਂ ਬੀਜਦੇ ਹਾਂ ਤਾਂ 40 ਦੀ ਜਗ੍ਹਾ ਆਪਾਂ 50 ਕਿਲੋ ਬੀਜ ਪਾ ਦਿੰਦੇ ਹਾਂ 10 ਕਿਲੋ ਪਹਿਲਾਂ ਅਤੇ ਜੇਕਰ 50 ਪਾਉਂਦੇ ਹਾਂ ਤਾਂ ਆਪਾਂ ਨੂੰ ਇਹਦਾ ਜਿਹੜਾ ਬੀਜ ਹੈਗਾ ਉਹ 55 ਕਿਲੋ ਪਾਉਣਾ ਪਊਗਾ ਕਿਉਂਕਿ ਇਹਦੇ ਦਾਣੇ ਹੈਗੇ ਆ ਜ਼ਿਆਦਾ ਮੋਟੇ ਹੁੰਦੇ ਆ ਅਤੇ ਇਹ ਜਿਹੜਾ ਹੈਗਾ ਆਪਣਾ ਅਗਲੀ ਵਰਾਇਟੀ ਹੈਗੀ ਹੈ 824 ਪੀ ਵੀ ਡਬਲਿਊ 824 ਉਹ ਜਿਹੜਾ ਪੱਕਣ 'ਚ ਸਮਾਂ ਲੈਂਦੀ ਹੈ 156 ਦਿਨ ਲੈਂਦੀ ਹੈ ਅਤੇ ਜਿਹੜਾ ਕੱਦ ਉਹਦਾ ਹੈਗਾ ਉਸ ਤਾਂ 101 ਸੈਂਟੀਮੀਟਰ ਹੈ ਅਤੇ ਉਹ ਵੀ ਜਿਹੜਾ ਹੈਗਾ ਆਪਣਾ ਪੀਲੀ ਗੂੰਗੀ ਅਤੇ ਆਪਣਾ ਭੂਰੀ ਗੂੰਗੀ ਉਹਨੂੰ ਨਹੀਂ ਲੱਗਦੀ ਅਤੇ ਪੀਲੀ ਗੂੰਗੀ ਜੇਕਰ ਲੱਗਦੀ ਹੈ ਤਾਂ ਉਹਨੂੰ ਇਹ ਸਹਿਣ ਕਰ ਜਾਂਦੀ ਹੈ ਇਹਦਾ ਜਿਹੜਾ ਝਾੜ ਹੈਗਾ ਉਹ 58 ਮਣ ਹੈਗਾ ਅਤੇ ਦੂਜਾ ਆਪਾਂ ਆਉਂਦੇ ਹਾਂ ਹੁਣ ਜਿਹੜੀ ਆਪਣੇ ਇੱਧਰਲੇ ਆਪਾਂ ਕਹਿ ਲਈਏ ਪੱਛਮੀ ਇਲਾਕਿਆਂ ਲਈ ਰਿਕਮੈਂਡ ਕੀਤੀ ਹੈ ਸਿਫਾਰਿਸ਼ ਕੀਤੀ ਯੂਨੀਵਰਸਿਟੀ ਨੇ ਜਿਵੇਂ ਕਿ ਬਠਿੰਡਾ ਜ਼ਿਲ੍ਹਾ ਹੋ ਗਿਆ ਫਰੀਦਕੋਟ ਹੋ ਗਿਆ ਫਾਜ਼ਿਲਕਾ ਅਬੋਹਰ ਮੁਕਤਸਰ ਇਹਨਾਂ ਲਈ ਜਿਹੜੀ ਵਰਾਇਟੀ ਰਿਕਮੈਂਡ ਸਿਫਾਰਿਸ਼ ਕੀਤੀ ਹੈ ਯੂਨੀਵਰਸਿਟੀ ਨੇ ਉਹ ਹੈਗੀ ਹੈ ਪੀ ਵੀ ਡਬਲਿਊ 803 ਇਹਦਾ ਜਿਹੜਾ ਕਿਸਾਨ ਵੀਰ ਔਸਤਨ ਕੱਦ ਹੈਗਾ ਜਿਹੜਾ ਉਹ 100 ਸੈਂਟੀਮੀਟਰ ਹੈ ਅਤੇ ਜਿਹੜਾ ਇਹ ਪੱਕਣ 'ਚ ਹੈਗਾ ਇਹ 148 ਦਿਨ ਲੈਂਦੀ ਹੈ ਅਤੇ ਜਿਹੜਾ ਇਹਦਾ ਝਾੜ ਹੈਗਾ ਉਹ ਇਹਦਾ ਝਾੜ ਜਿਹੜਾ ਥੋੜ੍ਹਾ ਜਿਹਾ ਘੱਟ ਹੈ ਉਹ ਹੈਗਾ 53 ਮਣ ਜਿਹੜਾ ਇਹਦਾ ਝਾੜ ਹੈ ਔਸਤਨ ਪ੍ਰਤੀ ਕਿੱਲੇ ਦਾ ਜਿਹੜਾ ਇਹਦਾ ਝਾੜ ਹੈ ਅਤੇ ਦੂਜੀਆਂ ਆਈਏ ਕਈ ਵਾਰ ਹੁਣ ਆਪਾਂ ਕਿਸੇ ਕਾਰਨਾਂ ਕਰਕੇ ਲੇਟ ਹੋ ਜਾਂਦੇ ਹਾਂ ਬੀਜਣ ਨੂੰ ਕਣਕ ਉਹਦੇ ਲਈ ਜਿਹੜੀਆਂ ਯੂਨੀਵਰਸਿਟੀ ਲੇਟ ਵਰਾਇਟੀਆਂ ਜਿਹੜੀਆਂ ਪਛੇਤੀਆਂ ਕਹਿ ਲਈਏ ਜੇ ਕਣਕ ਪਛੇਤੀ ਬੀਜਣੀ ਹੈ ਤਾਂ ਉਹਦੇ ਲਈ ਜਿਹੜੀਆਂ ਵਰਾਇਟੀਆਂ ਰਿਕਮੈਂਡ ਕੀਤੀਆਂ ਉਹਦੇ 'ਚ 3 ਮੇਨ ਵਰਾਇਟੀਆਂ ਹੈਗੀਆਂ ਪੀ ਵੀ ਡਬਲਿਊ 771 ਹੈਗੀ ਹੈ ਪੀ ਵੀ ਡਬਲਿਊ 757 ਹੈਗੀ ਹੈ ਅਤੇ ਪੀ ਵੀ ਡਬਲਿਊ 752 ਅਤੇ ਪੀ ਵੀ ਡਬਲਿਊ 771 ਦੀ ਗੱਲ ਕਰੀਏ ਇਹ ਆਪਾਂ ਜਿਹੜੀ ਬਿਜਾਈ ਹੈਗੀ ਹੈ ਇਹਦੀ ਅਕਤੂਬਰ ਸੋਰੀ ਦਸੰਬਰ 1 ਦਸੰਬਰ ਤੋਂ ਲੈ ਕੇ 30 ਦਸੰਬਰ ਤੱਕ ਇਹਦੀ ਜਿਹੜੀ ਹੈਗੀ ਜੇ ਬਿਜਾਈ ਕਰਨੀ ਹੈ ਤਾਂ ਆਪਾਂ ਜਿਹੜੀ ਵਰਾਇਟੀ ਹੈਗੀ ਹੈ ਪੀ ਵੀ ਡਬਲਿਊ 771 ਅਤੇ ਪੀ ਵੀ ਡਬਲਿਊ 752 ਇਹ ਦੋਨੇ ਵਰਾਇਟੀਆਂ ਆਪਾਂ
दसंबर के पहले हफ्ते तो लैके दसंबर के अखीर तक बीज सकते हैं। तो जिहड़ियां पहलियां वरायटियां मैं तुहानूं दस के हटिया चार, उन्हां दा जिहड़ा बिजाई का समा हैगा वह हैगा अक्तूबर के पंद्रवाड़े तो लैके जिहड़ा हैगा नवंबर के एंड तक का जिहड़ा हैगा उहदा समा हैगा बिजाई का। यानी कि आप जो नॉर्मल बीजनी है सही टाइम से वो चार वरायटियां बीज सकते हैं। जेकर आप नवंबर के पहले पंद्रवाड़ा यानी कि दूजा पंद्रवाड़ा कह लिए यानी कि 15 नवंबर तो लैके 30 नवंबर तक बीजनी है कणक, वो जी वरायटी हैगी है वो तुम सारे जानते हो पुरानी वरायटी है 550 वरायटी आई थी एक, उन्होंने बाद च सोधता यूनिवर्सिटी ने उन्होंने सोध के वह नाम एक रखा से उन्नत 550। ठीक है, ये किसान भी वरायटी बीजनी है तुम्हें तो जी समा तो मैं दसिया भी 15 नवंबर तो लैके 30 नवंबर तक का है। तो 772 वरायटी हैगी है जोड़ा यदा समा लेंदी है पक्न च 133 दिन लेंदी है जी पक्न च। तो झा कद हैगा यदा हैगा 80 सेंटीमीटर का कद है। तो जोड़ा झाड़ इन्हें देना हैगा वो अपना 48 के जोड़ा मन हैगा ये झाड़ दे देती है। अपना दूजी हैगी आप हूँ PVW 757 दे ये किसान भीरों जेकर आप बहुत ही ज़्यादा पछड़ जाने किसान कणक की बिजाई लिए तो उत्थे आप जी वरायटी हैगी PVW 757 जी हैगी बीज सकते हैं। इहदा जिहड़ा बिजाई का समा हैगा 1 जनवरी तो लैके 15 जनवरी तक ये जिहड़ा आप बिजाई कर सकते हैं। तो ये जिहड़े दिन लैंदी हैगी पका पकन लिए 114 दिन ये जी हैगी कणक पक जाती है। तो यदा जिहड़ा झाड़ हैगा वो अपना 45 तो लैके 46 मन तक जिहड़ा औसतन झाड़ है यूनिवर्सिटी कहती है भी ये वरायटी आप दे दूगी। तो यदा जिहड़ा कद हैगा 99 सेंटीमीटर। तो हम जी तीजी जी पिछेती वरायटी हैगी अपनी PVW 752 ठीक है। ये जी आप किसान भीर जिम्मे दसिया भी आप 15 दसंबर तो लैके 30 दसंबर तक जी है आप बीज सकते हैं। यदा जोड़ा समा जी लेंदी है ये 131 दिन लेंदी है जेडे अपना पकन च। तो यदा जोड़ा कद हैगा वो तकरीबन 81-82 सेंटीमीटर हैगा। तो झाड़ जोड़ा हैगा यदा अपना हैगा 46 मन यदा झाड़ हैगा जी 757 मैं कह के हटा से वह झाड़ घट आगा 42-43 मन जो है प्रति किले का अपना झाड़ आऊगा। क्योंकि जिनी भी आप पछेती करते हैं कणक वह जेकर आप हफ्ता करते हैं पछेती तो वह एक हफ्ते पिछे जो 2 मन झाड़ है वो घट जाता अपना ये करके जीडिया पछेतियाँ वरायटियां है वह जो झाड़ है वो हैगा घटता। हूँ आप गल कर दी भी वरायटियां कि हूँ आपसान भी वो भी बीज हैगा जोड़ा वो बिजाई जी है बिजाई तो पहला जिन्या भी कणक देखा होना कई बार बीमारियां लग जाए या मीह पै जाता है उदू बाद कांगयारी की प्रॉब्लम उस सब तो ज़्यादा आती है या कह लिए करनाल बंट जिसे की है दाने है वह काले हो लग जाते हैं जी नौकाइया देखते हैं काले हो जाते हैं या कई बार दाना बनता नहीं काले रंग का धूड़ा बन जाता है कई जॉब्लम आदियाँ वह सारिया बीमारिया के जो आप हल चाहते हैं बीज वास्ते भा च आप कर लिए तो आपको जोड़ा है बीज शोध के बीजना पड़ेगा वो आप पहला यदा 3 चीज़ा आप जो है बीज सोच सकते हैं। तो जो प्रोसीजर है सब तो पहला आप जो है दवाई तो कीटनाशक दवाई लानी है तो उदू बाद जो है आप फंगीसाइड लानी है बीमारियों की। तो जे कीटा तो जे आप रोकथाम करनी है भी तो कीटनाशक सब तो पहला फिर फंगीसाइड के तीजे थाने आप जो है एक टीका होंगे यूनिवर्सिटी वालों कंसोर्शियम के नाम से वो पिछली बार अपने महकमे भी आया 20 रुपए का जोड़ा है 20-40 रुपए का वह रेट हों है अपना किले का जोड़ा है कंसोर्शियम आता है। तो वेद आप जो सोचते हैं तो वह कहते हैं कुछ परसेंट अपना जो झाड़ है वो वादा है। तो बीमारिया भी जिम्मे हम जेकर कीटनाशकों की सुधना तो आप जिमें रैक्स वगैरह इन्हों सोच सकते हैं फंगीसाइड आ जाती है तो वीटा रैक्स पावर आप जो है सोच सकते हैं। दूजिया दवाइया तो सारिया जी वरत रही हैं इन्हों का जोड़ा है वो आप सारिया दवाइया ये 2-3 ml प्रति किलो बीज के हिसाब न लाने किलो ये चीज़ किसान भी जो आप बीज हैगा सोधना किमें है उदा बिजाई का सबू सारा पता ही है भी जेकर आप दर्जना बीजते हैं तो 4 फुट 6 सेंटीमीटर के जो आप बीजेंगे तो सब तो वधिया आप जो है झाड़ मिलेगा। जेकर आप हैप्पी हीडर वगैरह ना बीजते हैं तो आप जो 1.5-2 इंच की जी है
ਆਪਾਂ ਡੂੰਘਾ ਹੀ ਕਹਿੰਦੇ ਬੀਜ ਦੀ ਹੋਣੀ ਚਾਹੀਦੀ ਹੈ। ਜੇਕਰ ਇਥੋਂ ਜ਼ਿਆਦਾ ਮੰਨ ਲਓ ਡੂੰਘਾ ਪੈ ਜਾਂਦਾ ਫਿਰ ਕੀ ਹੁੰਦਾ, ਜਿਹੜਾ ਉਹਨੇ ਉੱਗਦਾ ਹੋਊਗਾ ਪਰ ਜਿਹੜਾ ਉੱਗਣ ਤੋਂ ਬਾਅਦ ਬੂਟੇ ਨੇ ਜਿਹੜਾ ਬਾਹਰ ਨਿਕਲਣਾ ਹੁੰਦਾ ਜ਼ਮੀਨ 'ਚੋਂ, ਉਹ ਜਿਹੜੀ ਐਮਰਜੈਂਸ ਕਹਿੰਦੇ ਉਹਨੂੰ ਅੰਗਰੇਜ਼ੀ 'ਚ, ਜਿਹੜੀ ਬਾਹਰ ਨਿਕਲਣ ਦੀ ਹੁੰਦੀ ਹੈ ਉਹਦੀ ਸਮਰੱਥਾ ਜ਼ਮੀਨ 'ਚੋਂ, ਉਹ ਜਿਹੜੀ ਆ ਉਹ ਘੱਟ ਜਾਂਦੀ ਹੈ, ਜਿਹਦੇ ਕਰਕੇ ਆਪਣਾ ਜਿਹੜੇ ਬੂਟੇ ਹੈਗੇ ਆ ਪੂਰੇ ਨਹੀਂ ਹੁੰਦੇ ਅਤੇ ਜਿਹੜਾ ਆਪਣਾ ਝਾੜ ਘੱਟ। ਜੇਕਰ ਆਪਣਾ ਬੀਜ ਜ਼ਿਆਦਾ ਡੂੰਘਾ ਜੇ ਆਪਾਂ ਘੱਟ ਡੂੰਘਾਈ 'ਤੇ ਡਿੱਗ ਜੂਗਾ 4-6 ਸੈਂਟੀਮੀਟਰ ਤੋਂ, ਫਿਰ ਕੀ ਉਹਦਾ ਉਹਦੇ 'ਚ ਉਹਨੂੰ ਜਿਹੜਾ ਪ੍ਰੋਪਰ ਹੈਗਾ ਮੋਇਸਚਰ ਕਹਿੰਦੇ ਵੀ ਨਮੀ ਨਹੀਂ ਮਿਲਣੀ, ਉਹਨੂੰ ਗਿੱਲ ਨਹੀਂ ਮਿਲਣੀ ਪ੍ਰੋਪਰ, ਉਹਦੇ ਕਰਕੇ ਜਿਹੜਾ ਹੈਗਾ ਉਹਦੀ ਜਰਮੀਨੇਸ਼ਨ ਸਹੀ ਨਹੀਂ ਹੋਣੀ, ਯਾਨੀ ਕਿ ਜਿਹੜੀ ਹੈ ਉੱਗਣ ਸ਼ਕਤੀ ਹੈਗੀ ਹੈ ਜਿਹੜੀ ਉਹ ਕਣਕ ਦੇ ਬੀਜ ਦੀ ਉਹ ਘੱਟ ਜਾਂਦੀ ਹੈ, ਅਤੇ ਉਹਦੇ ਕਰਕੇ ਜਿਹੜਾ ਹੈਗਾ ਆਪਣੇ ਜਿਹੜੇ ਬੂਟੇ ਪੂਰੇ ਨਹੀਂ ਹੁੰਦੇ ਉਹਦੇ ਕਰਕੇ ਵੀ ਜਿਹੜਾ ਹੈਗਾ ਆਪਣੇ ਝਾੜ 'ਤੇ ਅਸਰ ਪੈਂਦਾ। ਹੁਣ ਬਿਜਾਈ ਕਰਨ ਤੋਂ ਬਾਅਦ ਆਪਾਂ ਜਿਹੜੀ ਹੈਗੀ ਹੈ ਉਹਦੇ 'ਚ ਖਾਦ ਪ੍ਰਬੰਧਨ ਕਿਵੇਂ ਕਰਨਾ ਉਹਦੇ ਬਾਰੇ ਗੱਲ ਕਰਦੇ ਹਾਂ। ਯੂਨੀਵਰਸਿਟੀ ਵੱਲੋਂ ਜਿਹੜੀ ਸਿਫਾਰਿਸ਼ ਮਾਤਰਾ ਹੈਗੀ ਹੈ ਯੂਰੀਏ ਦੀ ਉਹ ਹੈਗੀ ਹੈ ਕਿਸਾਨ ਵੀਰੋਂ ਕਈ ਜਗ੍ਹਾ 'ਤੇ 90 ਹੈ, ਅਤੇ ਜੇਕਰ ਆਪਾਂ ਹੈਪੀ ਸੀਡ ਵਗੈਰਾ ਨਾਲ ਬੀਜਦੇ ਹਾਂ ਜਾਂ ਉਦੋਂ ਹੈਗੀ ਹੈ ਜਿਹੜੀ 110 ਕਿਲੋ ਜਿਹੜੀ ਹੈਗੀ ਆਪਾਂ ਯੂਰੀਆ ਪ੍ਰਤੀ ਏਕੜ ਦੀ ਪਾਉਣੀ ਹੈ, ਅਤੇ DAP ਦੀ ਜਿਹੜੀ ਸਿਫਾਰਿਸ਼ ਕੀਤੀ ਹੋਈ ਹੈ ਉਹ ਹੈਗੀ ਹੈ ਇਹਦੇ 'ਚ 55 ਕਿਲੋ ਆਮ ਜਿਹੜੀਆਂ ਆਪਾਂ ਬੀਜਦੇ ਹਾਂ। ਜੇਕਰ ਆਪਾਂ ਪਰਾਲੀ ਪ੍ਰਬੰਧਨ ਕਰਕੇ ਬੀਜੀ ਹੋਈ ਹੈ ਕਣਕ ਤਾਂ ਉਹਦੇ 'ਚ ਜਿਹੜੀ ਹੈ 10 ਕਿਲੋ ਜਿਹੜੀ ਆਪਾਂ DAP ਦੀ ਮਾਤਰਾ ਵਧਾਉਣੀ ਹੈ, ਉੱਥੇ ਆਪਾਂ ਜਿਹੜੀ ਹੈ 65 ਕਿਲੋ DAP ਪਾਉਂਦੇ। ਅਤੇ ਯੂਰੀਏ ਪਾਉਣ ਦਾ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਪਤਾ ਵੀ ਜਿਹੜਾ ਆਪਾਂ ਸਟਾਰਟਿੰਗ 'ਚ ਜਿਹੜਾ ਯੂਰੀਆ ਹੈਗਾ ਆਪਾਂ ਕਹਿੰਦੇ ਹਾਂ ਵੀ ਜਿਹੜਾ 20 ਕਿਲੋ ਆ ਜੇਕਰ ਤੁਸੀਂ ਪਹਿਲਾਂ ਕਣਕ ਨੂੰ ਪਾਓਗੇ ਬਿਜਾਈ ਦੇ DAP ਦੇ ਨਾਲ, ਅਤੇ ਇੱਕ ਜਿਹੜੀ ਤੁਸੀਂ ਬੀਜੋਗੇ ਜਿਹੜੀ ਕਣਕ ਜਿਹਨੂੰ ਤੁਸੀਂ ਪਹਿਲੇ ਪਾਣੀ 'ਤੇ ਦੂਜੇ ਪਾਣੀ 'ਤੇ ਲਾਓਗੇ ਯੂਰੀਆ ਉਹਦਾ ਤੁਸੀਂ ਤਜਰਬਾ ਕਰਕੇ ਦੇਖ ਸਕਦੇ ਹੋ, ਜਿਹਨੂੰ ਆਪਾਂ DAP ਦੇ ਨਾਲ ਵੀ 20 ਕਿਲੋ ਯੂਰੀਆ ਪਾਈ ਹੋਊਗੀ ਉਹਦਾ ਜਿਹੜਾ ਕੱਦ ਹੈਗਾ ਜਾਂ ਹਰਿਆਵਲ ਉਹ ਜ਼ਿਆਦਾ ਹੋਊਗੀ ਕਣਕ ਦੀ, ਉਹ ਜ਼ਿਆਦਾ ਕਾਮਯਾਬ ਹੋਊਗੀ। ਜਿਹੜੀ DAP ਹੈਗੀ ਹੈ ਇਹ ਕਿਸਾਨ ਵੀਰੋ ਆਪਾਂ ਸਿਰਫ ਬਿਜਾਈ ਲਈ ਪਾਉਣੀ ਹੈ, ਕਈ ਆਪਣੇ ਵੀ ਕੀ ਕਰਦੇ ਆ ਜਿਵੇਂ ਬੀਜਣ ਵਾਲੇ ਤਾਂ ਸਾਰੇ ਹੀ ਪਾਉਂਦੇ ਹਾਂ ਆਪਾਂ, ਕਈ ਵਾਰ ਕੀ ਕਹਿੰਦੇ ਆ ਉਹ ਤੋਂ ਬਾਅਦ 'ਚ ਵੀ DAP ਦਾ ਛੱਟਾ ਦੇ ਦਿੰਦੇ ਕੁਛ ਟਾਈਮ ਸਮੇਂ ਬਾਅਦ, ਮੰਨ ਲਓ ਤੋਂ 4 ਹਫ਼ਤਿਆਂ ਬਾਅਦ ਜਾਂ 5 ਹਫ਼ਤਿਆਂ ਬਾਅਦ ਜਦੋਂ ਵੀ ਕਿਹਾ ਵੀ। ਜੇਕਰ ਉਹ ਚੀਜ਼ ਆਪਾਂ ਕਰਦੇ ਹਾਂ ਇੱਕ ਤਾਂ ਆਪਣਾ ਜਿਹੜਾ ਹੈਗਾ ਫਾਲਤੂ ਖਰਚਾ ਹੁੰਦਾ, ਦੂਜਾ ਜਿਹੜਾ ਜਦੋਂ DAP ਦਾ ਕੰਮ ਕੀ ਹੈਗਾ ਪਕਾ ਵਾਲੇ ਜਿਹੜੇ ਸਿੱਟੇ ਹੈਗੇ ਆ ਉਹ ਚੀਜ਼ਾਂ ਨੂੰ ਜਿਹੜੀ ਆ ਉਹ ਕਹਿੰਦੇ ਵੀ ਸਟਰੋਂਗ ਕਰਦੀ ਹੈ ਜਾਂ ਉਹਨੂੰ ਕਹਿੰਦੇ ਵੱਧ ਤਾਕਤ ਦਿੰਦੀ ਹੈ, ਜਦੋਂ ਉਹ ਆਪਾਂ DAP ਪਾ ਦਿੰਦੇ ਹਾਂ ਉਹਦਾ ਜਿਹੜਾ ਵਧਣ ਵਾਲੇ ਪਾਸੋਂ ਜਿਹੜਾ ਧਿਆਨ ਆ ਰੁਕ ਜਾਂਦਾ, ਉਹ ਫਿਰ ਪਕਾਵੇ ਵਾਲੇ ਪਾਸੇ ਵੱਧ ਜਾਂਦਾ, ਉਹਦੇ ਕਰਕੇ ਜਦੋਂ ਪੂਰੀ ਵੱਧਦੀ ਪੂਰਤੀ ਨਹੀਂ ਕਣਕ ਤਾਂ ਜਿਹੜਾ ਆਪਾਂ ਕਣਕ ਦੇ ਦਾਣਿਆਂ 'ਤੇ ਅਸਰ ਜ਼ਰੂਰ ਪੈਂਦਾ ਉਹਦੀ ਕੁਆਲਿਟੀ। ਇਸ ਲਈ ਜਿਹੜੀ DAP ਆ ਉਹ ਹਮੇਸ਼ਾ ਬਿਜਾਈ ਵਾਲੇ ਪਾਓ। ਉਹਦਾ ਕਾਰਨ ਇਹ ਹੈ ਵੀ ਜਿਹੜਾ ਜਿਵੇਂ ਯੂਰੀਆ ਤੱਤ ਹੈ ਇਹਦੇ 'ਚ ਨਾਈਟ੍ਰੋਜਨ ਤੱਤ ਹੁੰਦਾ 46%, ਅਤੇ ਇਹਦੇ 'ਚ ਜਿਹੜਾ 46% ਨਾਈਟ੍ਰੋਜਨ ਤੱਤ ਹੈ ਇਹਦਾ ਤੁਰ ਫਿਰ ਸਕਦਾ ਜਦੋਂ ਆਪਾਂ ਪਾਣੀ ਪਾਉਂਦੇ ਹਾਂ ਘੁਲ ਕੇ ਜਗ੍ਹਾ ਤੋਂ ਦੂਜੀ ਜਗ੍ਹਾ ਚਲ ਜੂਗਾ। DAP ਹੁੰਦੀ ਹੈ ਜਿਹੜੀ ਇਹਦੇ ਵਿੱਚ ਹੁੰਦਾ ਫਾਸਫੋਰਸ ਤੱਤ, ਇਹਦੇ 'ਚ 18% ਨਾਈਟ੍ਰੋਜਨ ਹੁੰਦੀ ਹੈ DAP 'ਚ, ਅਤੇ 46% ਜਿਹੜਾ ਹੁੰਦਾ ਫਾਸਫੋਰਸ ਤੱਤ ਹੁੰਦਾ। ਜਿਹੜਾ ਫਾਸਫੋਰਸ ਤੱਤ ਹੈ ਉਹਦੇ 'ਚ ਜਿਹੜੀ ਹੈਗੀ ਹੈ ਚੱਲਣ ਫਿਰਨ ਦੀ ਸਮਰੱਥਾ ਹੈਗੀ, ਯਾਨੀ ਕਿ ਜਿੱਥੇ ਉਹ ਡਿੱਗ ਪਿਆ ਫਾਸਫੋਰਸ ਤੱਤ ਦਾ ਦਾਣਾ ਉਹ ਉੱਥੇ ਹੀ ਪਿਆ ਰਹੂਗਾ, ਉੱਥੋਂ ਇੱਕ ਤੋਂ ਦੂਜੀ ਜਗ੍ਹਾ ਨਹੀਂ ਜਾਂਦਾ, ਭਲਾ ਪਾਣੀ ਲੱਗ ਕੇ ਕੁਛ ਹੀ ਕਰਦੀ। ਇਸ ਲਈ ਤਾਂ ਹੀ ਆਪਾਂ ਡਰਿੱਲ ਨਾਲ ਬੀਜਦੇ ਹਾਂ ਵੀ ਜਦੋਂ ਬੀਜ ਪਹਿਲਾਂ ਉਹ ਡਿੱਗੂਗੀ ਖਾਦ ਦਾ ਦਾਣਾ ਅਤੇ ਬੀਜ ਉਹਦੇ ਉੱਤੇ ਡਿੱਗਦਾ ਉਹਦੇ ਨਾਲ ਕੀ ਹੁੰਦਾ ਜਿਹੜੀ ਜੜ੍ਹ ਹੈ ਸਿੱਧੀ ਜਾ ਕੇ ਜਿਹੜੀ ਆ ਉਹ ਫਾਸਫੋਰਸ ਦੇ ਬੀਜ ਫਾਸਫੋਰਸ ਨਾਲ ਲੱਗਦੀ ਹੈ, ਜਿਹੜੀ ਕਿ ਆਪਾਂ ਨੂੰ ਬਾਅਦ 'ਚ ਸਿੱਟੇ ਲਾਉਣ ਵੇਲੇ ਆਪਾਂ ਨੂੰ ਵਧੀਆ ਦਿੰਦੀ ਹੈਗੀ ਆ ਮਦਦ। ਉਹਦੇ 'ਚ ਇਹਦੇ 'ਚ ਕੀ ਹੁੰਦਾ ਕਿਸਾਨ ਵੀਰੋ ਇੱਕ ਹੋਰ ਗੱਲ ਹੈ DAP ਅਤੇ ਜਿੰਕ ਪਾਉਣ ਬਾਰੇ, ਜਿਹੜੀ DAP ਹੈਗੀ ਹੈ ਉਹ ਆਪਾਂ ਹਮੇਸ਼ਾ ਹੜੀ ਦੇ ਟਾਈਮ 'ਤੇ ਪਾਉਣੀ ਹੈ, ਕਣਕ ਦੀ ਫਸਲ ਹੈ ਜਿਹੜੀ ਫਾਸਫੋਰਸ ਤੱਤ ਨੂੰ ਵੱਧ ਮੰਨਦੀ ਹੈ ਜਾਂ ਆਪਾਂ ਕਹਿੰਦੇ ਹੜੀ ਦੀਆਂ ਫਸਲਾਂ ਜਿੰਨੀਆਂ ਵੀ ਹੈ ਉਹ ਫਾਸਫੋਰਸ ਤੱਤ ਨੂੰ ਵੱਧ ਮੰਨਦੀਆਂ, ਅਤੇ ਜਿਹੜੀਆਂ ਜਿੰਕ ਹੈਗੀ ਹੈ ਉਹ ਆਪਾਂ ਨੂੰ ਸਾਉਣੀ ਦੀ ਫਸਲ 'ਚ ਪਾਉਣੀ ਚਾਹੀਦੀ ਹੈ ਕਿਉਂਕਿ ਜਿਹੜੀਆਂ ਸਾਉਣੀ ਦੀਆਂ ਫਸਲਾਂ ਉਹ ਜਿੰਕ ਨੂੰ ਵੱਧ ਮੰਨਦੀਆਂ। ਜੇਕਰ ਆਪਾਂ ਇਹ ਦੋਨੇ ਇਕੱਠੀਆਂ ਪਾ ਦਿਆਂਗੇ ਮੰਨ ਲਓ ਉੱਥੇ ਕੀ ਹੋਊਗੀ, ਇਹ ਜਿਹੜੀਆਂ ਦੋਨੇ ਜੇ ਆਪਾਂ DAP ਅਤੇ ਜਿੰਕ ਇਕੱਠੀਆਂ ਜਦੋਂ ਪਾ ਦੀਆਂ ਉੱਥੇ ਇੱਕ ਦੂਜੇ ਨੂੰ ਬੰਨ ਲੈਂਦੇ ਆ, ਅਤੇ ਉੱਥੇ 90% ਚਾਂਸ ਹੈਗੇ ਜਿਹੜੀ ਜਿੰਕ ਦੀ ਘਾਟ ਆਊਗੀ ਹੀ ਆਊਗੀ, ਅਤੇ ਜਿਹੜਾ ਆਪਾਂ ਨਾਲੇ ਤਾਂ ਆਪਾਂ ਪੈਸਾ ਜ਼ਿਆਦਾ ਲਾ ਲਿਆ ਅਤੇ ਉੱਤੋਂ ਜਿਹੜਾ ਆਪਾਂ ਜਿਹੜਾ ਘਾਟ ਫੇਰ ਆ ਜਾਣੀ ਹੈ, ਨਾਲੇ ਖਰਚਾ ਵਧਾਵਾਂਗੇ ਨਾਲੇ ਜਿਹੜਾ ਝਾੜਦੇ ਆ ਉਹ ਫਰਕ ਪਊਗਾ। ਇੱਕ DAP ਪਾਉਣ ਵੇਲੇ ਇਹ ਧਿਆਨ ਰੱਖਣਾ ਵੀ ਜੇਕਰ ਆਪਾਂ ਹਾੜੀ ਦੀ ਫਸਲ ਨੂੰ ਹੁਣ 55 ਕਿਲੋ ਜਾਂ 65 ਕਿਲੋ DAP ਪਾ ਦੀ ਫਿਰ ਆਪਾਂ ਜਿਹੜੀ ਸਾਉਣੀ 'ਚ ਹੈਗੀ ਹੈ ਉਹ ਬੀਜ ਦੀ ਨਹੀਂ ਪਾਉਂਦੀ। ਉਹਦੇ ਪਿੱਛੇ ਜਿਹੜਾ ਕਾਰਨ ਬਣਦਾ ਉਹ ਇਹ ਹੈ ਵੀ ਜਿਹੜਾ ਇਹ ਤੱਤ ਹੈਗਾ
एक तो मैं तुम्हें दसिया कि भी तुर फिर नहीं सकता, इमोबाइल अंग्रेजी कहने इमोबाइल नेचर होंगे यदा भी तुर फिर नहीं सकता। दूजा ये की होंगे एक टैंपरेचर के नाल नाल यदा रिलेशन है कि जिमें जिमें तापमान बढ़ूगा ये जरा फास्फोरस तत्व है उवें उवें जमीन च घुलदा। जेकर आप मान लो जो टैंपरेचर वध होगा तो फिर ये जो घुल के है जमीन को मिलेगा। जे टैंपरेचर या तापमान कह लीए घट है फिर जो जमीन ची पिया रहा है ये फसल में मिलता नहीं। हुण मान लो आप बीजा अक्टूबर या नवंबर च करता, अक्टूबर के एंड से ला लो नवंबर के शुरू च ला लो, उदों थोनू भी पता उस तों बाद जो हम ठंड होनी है मीह नाल 8 डिग्री जो तापमान है थले आ गया, थोनू ही महसूस होंदा होना हम जी गर्मी हैगी घट गई। तो हुण अगे जिहड़ा हैगा तो है नवंबर तो बाद फरवरी तक ये जो ठंड का मौसम ही आना उस धुंदा भी पैनी है, टैंपरेचर भी बहुत घट होगा, तो उन्हें चर उन्हें जमीन च पै रहना फास्फोरस जोड़ा आप हूँ भी पाया हुआ बिजाई वाले। फिर जो मार्च वे टैंपरेचर वधूगा उदों घुल के सिटियां मिलेगा तो जोड़े वो दाने जो स्ट्रोंग करता तो उसकी क्वालिटी भी वधिया फसल होगा। इसलिए आप कहने जी हूँ नवंबर तो लैके जी फरवरी तक पै रहा फास्फोरस वो जो सौनी वेले जो टैंपरेचर वधूगा तापमान वधूगा उदों घुल के जोड़ा वो सौनी की फसल में मिल जाता है। इस करके आप कहने भी जेकर आप हाड़ी के डी ए पी पाती तो सौनी जी है आपूँ की लड़ नहीं हैगी। वैसे भी हम डी ए पी का रेट हैगा ज़्यादा ही हैगा तो अपना जोड़ा खर्चा है आप जो घटा सकते हैं, जिमें कई बार कुछ भी 25 किलो अपना मिलना तो पाँदे कई झोने वो चीज़ आप जी है वो जो ना करिए तो वो आप कोई नुकसान होना नहीं गा, आप सामने जोड़ा है खर्चा बचा सकते। तीजा आ जाता जोड़ा अपना मेन तत्व हैगा जी पोटाश तत्व। पोटाश तत्व जी घाट हैगी पंजाब दमीन चो रोपड़ वाली साइड ला लो गुरदासपुर हुशियारपुर इधर तैना की घाट आ जाती है, जिहड़ियां अपनी वाली जमीन उत्थे जिहड़ी पोटाश तत्व की घाट है बहुत घट आउंदी। उहदे लई आपां सब तो पहला की करना है जेकर तुसीं पाउणा पोटाश तत्व तां मिट्टी जरूर चाहीदा। हुण अगे जिहड़े हैगे वाहण मिले होणे आ उत्थों तुसीं मिट्टी लैके जिहड़ा हैगा जेकर मिट्टी के टैसट रिपोर्ट की तुहानूं आउंदी है वी जिहड़ी फास्फोरस या जिहड़ी घाट हैगी पोटाश की तां उहदे तां पाइओ ते नहीं तां पाउण दी लोड़ नहीं। जेकर लोड़ पैंदी है तां उहदी सिफारिश जिहड़ी मात्रा हैगी है 20 किलो प्रति किले की जिहड़ी आपां म्यूरेट ऑफ पोटाश के नाम से आउंदी है एम ओ पी कह दिंदे आ उहनूं उह पोटाश तत्व जिहड़ा पा लैणा। आपां मैं तुहानूं अगे दसूंगा वी किवें आपां जिहड़ा मिट्टी का सैंपल वी जिहड़ा किवें लैणा। इह सी आपणा जिहड़ा खादां हैगीआं जिहड़ी यूरिया हैगा वो हमेशा आपां किस्तां च पाउणा हैगा जिवें पहले पानी ते पालिआ ते दूजे पानी ते दूजे पानी च हुण एक नवी सिफारिश की है यूनीवर्सिटी ने जिवें दूजे पानी ते आपां वी छिट्टा दे के जिहड़ा बाकी मान लो 45 किलो आपां पहले पानी ते पाता 45 किलो दा जिहड़ा छिट्टा हैगा आपां दूजे पानी ते दे दिंदे आ। हुण यूनीवर्सिटी कहिंदी है वी जेकर आपां छिट्टा देण दी जगह इहदी स्प्रे करदे आ नाइट्रोजन दी उहदा आपां नूं वधिया रिजल्ट मिलदा। स्प्रे जी की करनी है आपां 41वां देना जिहड़ा बिजाई तो बाद 20% सॉरी 10% है जी उदों स्प्रे करनी है 10% का मतलब 20 किलो जी है यूरिया 200 लीटर पानी च मिला के एक उदों स्प्रे कर देनी है तो एक जदों बिजाई तो जिहड़ा 55वां दिन हैगा उदों जी आप हैगी 10% की स्प्रे करनी है वह भी 20 किलो यूरिया 200 लीटर पानी च मिला के हैगी जी स्प्रे कर देनी है ये जो अपने झाड़ते वधिया फर्क पड़ेगा। ये अपना जोड़ा खाद प्रबंध जोड़ा आप कणक करना। हूँ आप आइए सिंचाई दे भी जोड़ा पानी आप लाना सारे पता 3-4 हफ्ते के बाद आप पानी ला सकते एक ये हों जे आप कही जिन्होंने रिसर्च की होंगी है एक स्टेज होंगी है कणक की जिन्हों आप कहने क्राउन भी क्राउन रूट इनीशिएशन स्टेज होंगी है जी कणक की जड़ा की उदो जेकर आप स्टेज पर लाने तो जे आप गुंझे आने तो अपना जोड़ा झाड़ है वो घट्टो घट 10-15 मन है जोड़ा घट सकता। इसलिए जोड़ा वो जो पानी हैगा आप स्टेज हैगी है वह कदों होंगी है वो स्टेज यह होंगी एक तो आम जड़ा होंगे जिड़िया स्टार्टिंग जो जो बी उगरदा वो जड़ा लगदी हैं एक तो वह होंगी है उदू बाद देखा होगा पहला की है और जो बूटा उगता वो तो एक गंढ जी बनती है गंढ तो एक जड़ा उतो स्टार्ट होंगी जड़िया वो जड़ा होंगे उन्होंने क्राउन रूट इनीशिएशन कहने वो क्राउन रूट होंगे
ਉਹਦੇ ਤੋਂ ਜਿੰਨਾ ਵੀ ਭੋਜਨ ਲੈ ਲਓ, ਪਾਣੀ ਲੈ ਲਓ, ਕੋਈ ਨਿਊਟ੍ਰੀਐਂਟ ਲੈ ਲਓ, ਜਿਹੜਾ ਵੀ ਕਣਕ ਨੇ ਲੈਣਾ ਉਹਨਾਂ ਜੜ੍ਹਾਂ ਤੋਂ ਲੈਣਾ। ਅਤੇ ਜੇਕਰ ਉਸ ਟਾਈਮ 'ਤੇ ਆਪਾਂ ਪਾਣੀ ਨਾ ਲਾਇਆ ਤਾਂ ਉਹ ਜੜ੍ਹਾਂ ਜਿਹੜੀਆਂ ਹੈਗੀਆਂ ਸੁੱਕਣੀਆਂ, ਅਤੇ ਜੇ ਉਹ ਸੁੱਕ ਜਾਣੀਆਂ ਤਾਂ ਨਾ ਤਾਂ ਆਪਣੇ ਜਿਹੜੀਆਂ ਹੈਗੀਆਂ ਪ੍ਰੋਪਰ ਵਟਾਰਾ ਚੱਕਣਾ ਕਣਕ ਨੇ, ਅਤੇ ਨਾ ਉਹਦਾ ਜਿਹੜਾ ਹੈਗਾ ਉਹਨਾਂ ਕਦਰ ਹੋਊਗਾ, ਅਤੇ ਝਾੜ ਦੇ ਪਾਰਟੀ ਜਿਹੜੀ ਹੈ ਝਾੜ ਜਿਹੜਾ ਦਾਣੇ ਦਾ ਭਾਰ ਹੈ ਉਹ ਵੀ ਘੱਟ ਜਾਂਦਾ, ਕਿਉਂਕਿ ਜਦੋਂ ਪ੍ਰੋਪਰ ਭੋਜਨ ਜਾਂ ਪਾਣੀ ਨਹੀਂ ਮਿਲਿਆ ਤਾਂ ਦਾਣਾ ਜਿਹੜਾ ਹੈਗਾ ਆਟੋਮੈਟਿਕਲੀ ਜਿਹੜਾ ਘੱਟ ਵੇਟ ਦਾ ਹੋਊਗਾ। ਇਸ ਕਰਕੇ ਜਿਹੜਾ ਹੈਗਾ ਕਿਸਾਨ ਵੀਰੋ, ਇਹ ਜਿਹੜੀ ਸਟੇਜ ਹੈਗੀ ਹੈ 20 ਤੋਂ 25 ਦਿਨ ਹੁੰਦੀ ਹੈ, ਆਪਾਂ 20 ਤੋਂ 25 ਦਿਨ ਦੇ ਵਿੱਚ ਵਿੱਚ ਪਾਣੀ ਲਾਉਣਾ ਹੀ ਲਾਉਣਾ ਹੈ, ਉਦੋਂ ਜ਼ਿਆਦਾ ਲੇਟ ਨਹੀਂ ਕਰਨਾ। ਜੇਕਰ ਲੇਟ ਕਰਦੇ ਹਾਂ ਤਾਂ ਆਪਣੇ ਝਾੜ 'ਤੇ ਜਿਹੜਾ ਕਾਫੀ ਫਰਕ ਆ ਉਹਦਾ ਜਿਹੜਾ ਪੈ ਸਕਦਾ। ਦੂਜਾ ਸਾਨੂੰ ਪਤਾ ਹੀ ਆਪਾਂ ਜਿਹੜਾ ਪਹਿਲਾਂ ਪਾਣੀ ਲਾ ਰਹੇ ਹਾਂ, ਉਦੋਂ ਬਾਅਦ ਦੂਜਾ ਤਾਂ ਸਾਨੂੰ ਪਤਾ ਹੀ 5-5, 6-6 ਹਫ਼ਤਿਆਂ ਬਾਅਦ, ਬਾਕੀ ਜਿਵੇਂ ਮੌਸਮ ਦੇ ਹਿਸਾਬ ਨਾਲ ਹੈ ਉਹ ਤੁਹਾਨੂੰ ਪਤਾ ਹੀ ਵੀ ਕਿਵੇਂ ਲਾਉਣਾ। ਇੱਕ ਇਹਦੇ 'ਚ ਹੋਰ ਹੈ ਵੀ ਜੇਕਰ ਤਾਪਮਾਨ ਵੱਧਦਾ, ਜੇ ਤਾਪਮਾਨ ਵੱਧਦਾ ਤਾਂ ਕਈ ਵਾਰ ਆਪਾਂ ਕੀ ਹੁੰਦੇ ਹਾਂ, ਆਪਾਂ ਜਿਹੜਾ ਐਂਡ ਵਾਲਾ ਪਾਣੀ ਹੈ, ਆਖਰੀ ਪਾਣੀ ਹੈ, ਉਹ ਆਪਾਂ ਅਪ੍ਰੈਲ 'ਚ ਲਾ ਕੇ ਕਣਕ ਨੂੰ ਛੱਡ ਦਿੰਦੇ ਹਾਂ, ਸੋਰੀ ਮਾਰਚ 'ਚ ਜਾ ਕੇ ਆਪਾਂ ਜਿਹੜਾ ਕਣਕ ਨੂੰ ਛੱਡ ਦਿੰਦੇ। ਜੇਕਰ ਤਾਪਮਾਨ ਇਹਦਾ ਵੱਧ ਹੈਗਾ ਤਾਂ ਆਪਾਂ ਕਿਸਾਨ ਵੀ ਜਿਹੜਾ ਆਖਰੀ ਪਾਣੀ ਹੈ ਉਹ ਅਪ੍ਰੈਲ 'ਚ ਲਾਉਣਾ, ਪਰ ਉੱਥੇ ਧਿਆਨ ਇਹ ਰੱਖਣਾ ਵੀ ਮੌਸਮ ਦਾ, ਵੀ ਮੀਂਹ ਨਾ ਜ਼ਿਆਦਾ ਹੋਵੇ ਜਾਂ ਹਵਾਵਾਂ ਨਾ ਤੇਜ਼ ਚੱਲਦੀਆਂ ਹੋਣ। ਜੇਕਰ ਆਪਾਂ ਉਸ ਟਾਈਮ ਹਵਾਵਾਂ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗੇ ਕਿ ਆਪਣੀ ਕਣਕ ਦਾ ਉਹ ਡਿੱਗ। ਇਹ ਸੀ ਆਪਣਾ ਖਾਦ ਤੋਂ ਬਾਅਦ ਜਿਹੜਾ ਹੈਗਾ ਵੀ ਜਿਹੜਾ ਪਾਣੀ ਦਾ ਆਪਾਂ ਜਿਹੜਾ ਖਿਆਲ ਕਿਵੇਂ ਰੱਖਣਾ। ਉਦੋਂ ਬਾਅਦ 'ਚ ਆ ਜਾਂਦਾ ਆਪਣਾ ਜਿਹੜੀ ਨਦੀਨ ਨਾਸ਼ਾ, ਨਦੀਨ ਕੌਣ ਹੁੰਦੇ ਆ, ਗੁੱਲੀ ਡੰਡਾ। ਕਿਸਾਨ ਵੀਰਾਂ ਦੀ ਕਈ ਵਾਰ ਪਿਛਲੇ 2-3 ਸਾਲਾਂ ਤੋਂ ਕਹਿ ਰਿਹਾ ਵੀ ਸ਼ਿਕਾਇਤ ਆ ਰਹੀ ਵੀ ਗੁੱਲੀ ਡੰਡਾ ਨਹੀਂ ਮਾਰਦਾ, ਸਪਰੇ ਸਹੀ ਅਸਰ ਨਹੀਂ ਕਰਦੀ। ਉਹਦੇ ਪਿੱਛੇ ਵੀ ਆਪਣੇ ਜਿਹੜੇ 2-3 ਕਾਰਨ ਹੋ ਜਾਂਦੇ ਆ ਜਿਨ੍ਹਾਂ ਕਰਕੇ ਜਿਹੜੀ ਹੈ ਨਦੀਨ ਨਾਸ਼ਕ ਸਪਰੇ ਆ ਉਹ ਜਿਹੜੀ ਸਹੀ ਅਸਰ ਨਹੀਂ ਕਰਦੀ। ਇੱਕ ਤਾਂ ਆਪਾਂ ਜਿਹੜਾ ਖਾਸ ਧਿਆਨ ਰੱਖਣਾ ਹੈਗਾ ਵੀ ਜਿਹੜੀ ਸਪਰੇ ਹੈਗੀ ਹੈ ਉਹ ਕਰਨੀ ਕਦੋਂ, ਆਪਾਂ ਜਿਹੜੀਆਂ ਨਦੀਨ ਨਾਸ਼ਕ ਹੈ ਇੱਕ ਤਾਂ ਪਾਣੀ ਤੋਂ ਪਹਿਲਾਂ ਕਰਦੇ ਹਾਂ, ਇੱਕ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਬਿਜਾਈ ਵੀੜੀ ਕਰ ਦਿੰਦੇ ਹਾਂ, ਜਿਹੜੀ ਵੀ ਨਦੀਨਾਂ ਦੇ ਉੱਗਣ ਤੋਂ ਸਾਰਿਆਂ ਨੂੰ ਪਤਾ PDG ਦਵਾਈ ਹੁੰਦੀ ਹੈ ਸਟੋਪ ਨਾਂ ਦੀ, ਉਹ ਯੂਰੀਏ 'ਚ ਮਿਲਾ ਕੇ ਆਪਾਂ ਜਿਹੜਾ ਹੈਗਾ ਛਿੱਟਾ ਦੇ ਦਿੰਦੇ ਹਾਂ। ਇੱਕ ਜਿਹੜੀ ਨਦੀਨ ਨਾਸ਼ਕ ਜਿਹੜੀ ਆਪਾਂ ਕਰਨੀ ਹੈ ਪਾਣੀ ਤੋਂ ਪਹਿਲਾਂ ਉਹ ਹੈਗੀ ਹੈ 25 ਤੋਂ ਲੈ ਕੇ 27 ਦਿਨ ਦੇ ਅੰਦਰ ਅੰਦਰ ਜਿਹੜੀ ਹੈਗੀ ਹੈ, ਸੋਰੀ ਆਪਾਂ 18 ਤੋਂ 20 ਦਿਨ ਦੇ ਅੰਦਰ ਅੰਦਰ ਜਿਹੜੀ ਕਰਨੀ ਹੈ। ਉਸ ਤੋਂ ਬਾਅਦ ਜਿਹੜਾ ਆਪਾਂ ਪਹਿਲਾਂ ਪਾਣੀ ਦੇਣਾ ਉਹ ਆਪਾਂ ਹਲਕਾ ਦੇਣਾ, ਹਲਕਾ ਤਾਂ ਦੇਣਾ ਨਹੀਂ ਜਿਹੜਾ ਹੈਗਾ ਉਹ ਸਪਰੇ ਦਾ ਅਸਰ ਹੈਗਾ ਨਦੀਨ ਨਾਸ਼ਕ ਦਾ ਉਹ ਘੱਟ ਜੂਗਾ। ਉਦੋਂ ਬਾਅਦ 'ਚ ਜਿਹੜੀ ਸਪਰੇ ਆਪਾਂ ਕਰਨੀ ਹੈਗੀ ਹੈ ਉਹ ਆਪਾਂ ਖਿਆਲ ਰੱਖਣਾ ਵੀ 30 ਤੋਂ 35 ਦਿਨ ਦੇ ਅੰਦਰ ਅੰਦਰ ਬਿਜਾਈ ਤੋਂ ਬਾਅਦ ਸਪਰੇ ਕਰਨੀ ਹੈ, ਜਦੋਂ ਜਿਹੜਾ ਨਦੀਨ ਦਾ ਜਿਹੜਾ 1 ਤੋਂ 2 ਪੱਤੇ ਨਿਕਲੇ ਹੋਣ। ਜੇਕਰ ਆਪਣਾ 2 ਪੱਤਿਆਂ ਤੋਂ ਬਾਅਦ 4-5 ਪੱਤੇ ਨਿਕਲਦੇ ਆ ਅਤੇ ਉਦੋਂ ਬਾਅਦ ਆਪਾਂ ਸਪਰੇ ਕਰਦੇ ਹਾਂ, ਉਹਨੇ ਉਹ ਨਦੀਨ ਨੂੰ ਉੱਨਾ ਕੰਟਰੋਲ ਨਹੀਂ ਕਰਦਾ, ਉਸ ਚੀਜ਼ ਦਾ ਫਰਕ ਪਊਗਾ। ਇਸ ਲਈ ਜਦੋਂ 1 ਤੋਂ 2 ਪੱਤੇ ਨਿਕਲੇ ਹੋਣ ਉਹ ਸਟੇਜ 'ਤੇ ਜੇ ਤੁਸੀਂ ਸਪਰੇ ਕਰਦੇ ਹੋ ਤਾਂ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੂਗਾ, ਇਹ ਚੀਜ਼ ਤੁਸੀਂ ਪ੍ਰਤਿਆ ਕੇ ਦੇ ਸਕਦੇ ਹੋ। ਅਤੇ ਇੱਕ ਜਦੋਂ ਆਪਾਂ ਸਪਰੇ ਕਰਦੇ ਹਾਂ ਹੁਣ ਸਾਰੇ ਆਪਾਂ ਮੈਨੂੰ ਲੱਗਦਾ ਇੱਥੇ ਜਿੰਨੇ ਜ਼ਿਮੀਂਦਾਰ ਬੈਠੇ ਆ ਕੋਈ ਹੋਊਗਾ ਜਿਹੜਾ ਨੌਜਲ ਬਦਲ ਕੇ ਸਪਰੇ ਕਰਦਾ ਹੋਊਗਾ, ਉਹਦੇ ਲਈ ਜਿਹੜੀਆਂ ਨੌਜਲਾਂ ਹੈਗੀਆਂ ਨਦੀਨਾਸ਼ਕਾਂ ਦੀ ਅਲੱਗ ਹੁੰਦੀਆਂ। ਕੀਟਨਾਸ਼ਕ ਜੇ ਆਪਾਂ ਕੀੜੇ ਮਕੌੜਿਆਂ ਲਈ ਕਰਨੀ ਹੈ ਜਾਂ ਫੰਗੀਸਾਈਡ ਕਰਨੀ ਹੈ ਉਹਦੇ ਲਈ ਜਿਹੜੀ ਨੌਜਲ ਹੈਗੀ ਉਹ ਅਲੱਗ ਅਲੱਗ ਹੁੰਦੀ। ਕੀਟਨਾਸ਼ਕਾਂ ਲਈ ਆਪਾਂ ਸਾਰੀ ਜਿਹੜੀ ਨੌਰਮਲ ਨੌਜਲ ਯੂਜ ਕਰਦੇ ਹਾਂ ਉਹਨੂੰ ਕੋਨ ਨੌਜਲ ਕਹਿੰਦੇ ਆ, ਕਿਉਂਕਿ ਉਹ ਕੋਨ ਜਿਹਾ ਅੱਗੋਂ ਬਣੀ ਹੁੰਦੀ ਹੈ ਅੱਗੋਂ ਤਿੱਖੀ ਜੀ ਅਤੇ ਐਂ ਜੇ ਖੁੱਲ੍ਹਦੀ ਹੈ ਵਿੱਚੋਂ। ਅਤੇ ਜੇਕਰ ਆਪਾਂ ਨਦੀਨਾਸ਼ਕ ਲਈ ਸਪਰੇ ਕਰਨੀ ਹੈ ਤਾਂ ਉਹਦੇ ਲਈ ਹੈਗਾ ਆਪਾਂ ਫਲੈਟ ਫੈਨ ਨੌਜਲ ਆਉਂਦੀ ਹੈ ਅਤੇ ਫਲੱਡ ਜੈੱਟ ਜਾਂ ਉਹਨੂੰ ਆਪਾਂ ਕੱਟ ਨੌਜਲ ਕਹਿ ਦਿੰਦੇ ਹਾਂ, ਉਹਦੇ ਵਿਚਾਲੇ ਕੱਟ ਜਿਹਾ ਪਿਆ ਹੁੰਦਾ, ਉਹਦੇ ਨਾਲ ਜੇਕਰ ਆਪਾਂ ਨਦੀਨਾਸ਼ਕ ਸਪਰੇ ਕਰਦੇ ਹਾਂ ਤਾਂ ਉਹਦੇ ਨਾਲ ਜਿਹੜਾ ਆਪਾਂ ਰਿਜ਼ਲਟ ਨਦੀਨਾਸ਼ਕ ਦਾ ਜ਼ਿਆਦਾ ਵਧੀਆ ਮਿਲੂਗਾ। ਇਹ ਨੌਜਲਾਂ ਜਿਹੜੀਆਂ ਜਿੰਨੀਆਂ ਵੀ ਢੋਲੀਆਂ ਦੀਆਂ ਦੁਕਾਨਾਂ ਉੱਥੋਂ ਮਿਲ ਜਾਂਦੀਆਂ ਆਰਾਮ ਨਾਲ। ਅਤੇ ਆਖਰੀ ਪੁਆਇੰਟ ਜਿਹੜਾ ਹੈਗਾ ਨਦੀਨਾਸ਼ਕਾਂ ਦੀ ਸਪਰੇ ਲਈ, ਇੱਕ ਤਾਂ ਹੈਗਾ ਕਿਸਾਨ ਵੀਰੋ ਪਾਣੀ ਜਿਹੜਾ ਹੈਗਾ ਜੇ ਆਪਾਂ ਜੇਕਰ ਜਿਹੜੀਆਂ ਆਪਾਂ ਥੱਲੇ ਕਰਦੇ ਹਾਂ ਜਦੋਂ ਮੰਨ ਲਓ ਆਪਾਂ ਬਿਜਾਈ ਤੋਂ ਪਹਿਲਾਂ ਕਰਦੇ ਹਾਂ ਜੀ ਬੀਜਣ ਤੋਂ ਬਾਅਦ ਜਾਂ 24 ਘੰਟਿਆਂ ਦੇ ਅੰਦਰ ਸਟੋਕ ਵਗੈਰਾ ਕਰਦੇ ਹਾਂ, ਇੱਥੇ ਹਮੇਸ਼ਾ ਪਾਣੀ ਦੀ ਵਰਤੋਂ ਵੱਧ ਕਰਨੀ ਹੈ, ਯਾਨੀ ਕਿ 200 ਤੋਂ 250 ਲੀਟਰ ਜਿਹੜਾ ਪਾਣੀ ਹੈਗਾ ਆਪਾਂ ਯੂਜ ਕਰਨਾ। ਅਤੇ ਦੂਜਾ ਹੈਗਾ ਜਿਹੜੀ ਨਦੀਨਾਸ਼ਕ ਆਪਾਂ 1 ਸਾਲ ਕਰ ਲਈ 2 ਸਾਲ ਕਰ ਲਈ ਉਦੋਂ ਬਾਅਦ ਕੋਸ਼ਿਸ਼ ਕਰੋ ਕਿ ਉਹ ਨਾ ਕਰੋ, ਉਹਨੂੰ ਬਦਲ ਕੇ ਹੋਰ ਕੋਈ ਬ੍ਰਾਂਡ ਦੀ ਕਰ ਦਿਓ। ਜਿਵੇਂ ਆਪਾਂ ਹਰ ਸਾਲ ਜੇ ਟੋਪਿਕ ਹੀ ਟੋਪਿਕ ਕਰੀ ਜਾਵਾਂਗੇ ਤਾਂ ਜਿਹੜਾ ਹੈਗਾ ਨਦੀਨਾ 'ਚ ਉਹਦੀ ਸਹਿਣਸ਼ੀਲਤਾ ਜਿਹੜੀ ਹੈਗੀ ਹੈ ਪੈਦਾ ਹੋ ਜਾਂਦੀ ਹੈ, ਜਿਹਦੇ ਕਰਕੇ ਬਾਅਦ 'ਚ ਨਦੀਨ ਛੇਤੀ ਮਰਦਾ ਨਹੀਂ ਗਾ ਅਤੇ ਆਪਾਂ ਨੂੰ ਹੁੰਦਾ ਵੀ ਜਿਹੜੀ ਦਵਾਈ ਹੈ ਅਸਰ ਨਹੀਂ ਕਰਦੀ ਵੀ। ਅਤੇ ਜਿਵੇਂ ਕਿ ਨਦੀਨਾਸ਼ਕਾਂ ਬਥੇਰੀਆਂ ਹੈਗੀਆਂ, ਟੋਪਿਕ ਹੋਊਗੀ, ਐਕਸੀਅਲ ਹੋਊਗੀ, ਇਹ ਤੁਸੀਂ ਟੋਟਲ ਹੋਊਗੀ, ਇਹ ਸਾਰੀਆਂ ਤੁਸੀਂ ਬਦਲ ਕੇ ਕਰੋਗੇ
ਤਾਂ ਆਪਾਂ ਨੂੰ ਜਿਹੜਾ ਨਦੀਨਾ ਸਿੱਖਣ ਦਾ ਜਿਹੜਾ ਰਿਜ਼ਲਟ ਹੈ ਚੰਗਾ ਮਿਲੂਗਾ। ਅਤੇ ਕੁਛ ਹੁਣ ਜੇਕਰ ਆਪਣਾ ਹੈਗਾ ਚੌੜੇ ਪੱਤਿਆਂ ਦੇ ਨਦੀ ਹੈਗੇ ਆ ਤਾਂ ਉੱਥੇ ਆਪਾਂ ਜਿਹੜੀ ਹੈਗੀ ਹੈ ਐਲਗ੍ਰੇਪ ਕਰਦੇ ਹਾਂ। ਸਭ ਤੋਂ ਪੁਰਾਣੀ ਦਵਾਈ ਹੈਗੀ ਹੈ, ਸਾਨੂੰ ਪਤਾ ਹੀ ਹੈ, ਉਹਦੀ ਡੋਜ਼ ਹੈਗੀ ਜਿਹੜੀ ਹੈ 10 ਗ੍ਰਾਮ ਪ੍ਰਤੀ ਕਿੱਲੇ ਦੀ ਹੈਗੀ ਹੈ। ਅਤੇ ਦੂਸਰੀ ਹੈ ਕਿ ਜੇਕਰ ਆਪਣਾ ਉਹਦੇ 'ਚ ਇਹਨਾਂ ਨਦੀਨਾਂ ਦੇ ਨਾਲ ਨਾਲ ਆਪਣੀ ਇੱਕ ਬਟਨ ਬੂਟੀ ਹੁੰਦੀ ਹੈ ਜਿਹਦੇ ਕਹਿ ਲਈਏ ਬੀ ਕਹਿ ਲਓ ਜਾਂ ਜਿਹੜੇ ਉਹਦੇ ਲੱਗਦੇ ਉਹਦੇ ਨਾਲ ਭਮੀਆਂ ਜਾਂ ਗੋਲ ਗੋਲ ਭੂਰੇ ਰੰਗ ਦੇ ਜਿਹੜੇ ਹੈਗੇ ਆ ਉਹ ਬਟਨਾਂ ਜਿਹੇ ਅੜਕੇ ਉਹਦੇ 'ਤੇ ਲੱਗਦੇ ਹੈਗੇ ਆ, ਇਸ ਕਰਕੇ ਉਹਨੂੰ ਬਟਨ ਬੂਟੀ ਕਹਿੰਦੇ ਆ। ਜੇਕਰ ਉਹ ਬੂਟੀ ਹੈਗੀ ਹੈ ਤਾਂ ਆਪਾਂ ਨੂੰ ਪਾਰਮੈਂਟਰਾਜ਼ੋਲ ਏਮ ਨਾਂ ਦੀ ਦਵਾਈ ਹੈਗੀ ਹੈ ਉਹ ਜਿਹੜੀ ਆਪਾਂ 20 ਗ੍ਰਾਮ ਜਿਹੜੀ ਹੈਗੀ ਆ ਪ੍ਰਤੀ ਕਿੱਲੇ ਦੀ ਬਾਅਦ ਜਿਹੜੀ ਉਹ ਸਪਰੇ ਕਰਾਂਗੇ ਤਾਂ ਉਹਨਾਂ ਦਿਨ ਤੋਂ ਆਪਾਂ ਨਿਜਾਤ ਪਾ ਸਕਦੇ। ਤੀਸਰਾ ਆ ਜਾਂਦਾ ਆਪਣਾ ਕੰਡਿਆਰੀ ਪਾਲ, ਜੇਕਰ ਉਹ ਹੈਗੀ ਹੈ ਤਾਂ ਆਪਾਂ ਜਿਹੜੀ ਇੱਕ ਲੈਫੰਡਾ ਨਾਂ ਦੀ ਦਵਾਈ ਹੈਗੀ ਆ ਉਹਦੀ ਹੈਗੀ ਹੈ ਜਿਹੜੀ 20 ਗ੍ਰਾਮ ਹੈਗੀ ਹੈ ਕੈਂਪਸ, ਉਹ ਦਵਾਈ ਨਾਲ ਜਿਹੜਾ ਹੈਗਾ ਆਪਾਂ ਕੰਡਿਆਰੀ ਪਾਲਕ ਨੂੰ ਕੰਟਰੋਲ ਕਰ ਸਕਦੇ ਹਾਂ। ਅਤੇ ਜੇਕਰ ਦੋਵੇਂ ਚੌੜੇ ਪੱਤੇ ਵਾਲੇ ਜਿਹੜੇ ਨਦੀਨ ਹੈਗੀ ਉਹਨਾਂ ਨੂੰ ਆਪਾਂ ਕਰਨਾ ਹੈਗਾ ਕੰਟਰੋਲ ਤਾਂ ਉੱਥੇ ਆਪਣੀ ਅਟਲਾਂਟਸ ਆ ਜਾਂਦੀ ਹੈ ਦਵਾਈ, ਅਕੋਡ ਪਲੱਸ ਆ ਜਾਂਦੀ ਹੈ, ਅਤੇ ਸ਼ਗਨ 11 ਹੈਗੀ ਹੈ, ECM 9 ਹੈਗੀ ਹੈ। ਦਵਾਈਆਂ ਨਾਲ ਆਪਣਾ ਜਿਹੜੇ ਨਾਲੇ ਘਾਹ ਵਾਲੇ ਅਤੇ ਨਾਲੇ ਚੌੜੇ ਪੱਤਿਆਂ ਵਾਲੇ ਨਦੀਨ ਹੈ ਜਿਹੜੇ ਕੰਟਰੋਲ ਹੋ ਜਾਣਗੇ। ਉਹਦੇ 'ਚ ਇੱਕ ਧਿਆਨ ਰੱਖਣਾ ਹੈ ਜੇਕਰ ਤੁਸੀਂ ਵਰਾਇਟੀ ਬੀਜੀ ਹੈ TBW 1950 ਫਿਰ ਆਪਾਂ ਜਿਹੜੀਆਂ ਅਕੋਡ ਪਲੱਸ ਹੈਗੀ ਹੈ ਸ਼ਗਨ ਜਾਂ ECM 9 ਉਹ ਦਵਾਈ ਨਹੀਂ ਚੱਲਦੀ। ਜੇਕਰ ਇਹ ਦਵਾਈ ਹੈਗੀ ਇਸ 'ਤੇ ਮਾੜਾ ਪ੍ਰਭਾਵ ਪਾਉਂਦੀ ਹੈ ਵਰਾਇਟੀ 'ਤੇ, ਇਹਨੂੰ ਧੱਕਾ ਲਾਉਂਦੀ ਹੈ ਉਹਦੀ ਨਾਲ ਦੀ ਨਾਲ, ਜਾਂ ਤਾਂ ਮਚਾ ਦਿੰਦੇ ਹਾਂ ਪੀਲੇ ਕਰ ਦੂ ਉਹਦੇ ਪੱਤੇ ਜੇ ਮਾੜਾ ਜਿਹਾ ਵੀ ਇਹਦਾ ਅਸਰ, ਜੇਕਰ ਆਪਾਂ ਇਹਨੂੰ 3 ਦਵਾਈਆਂ ਕਰਦੇ ਹਾਂ। ਦੂਜਾ ਲੀਟਰ ਜਦੋਂ ਕਰਦੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੇਕਰ ਉਹਦੇ ਵਿੱਚ ਕਣਕ ਦੇ ਵਿੱਚ ਸਰ੍ਹੋਂ ਆਪਾਂ ਲਾ ਕੇ ਬੀਜੀ ਹੈਗੀ ਹੈ ਜਾਂ ਦੂਆ ਮੱਕੂ ਵਗੈਰਾ ਜਾਂ ਹੋਰ ਕੁਛ ਬੀਜਣਾ ਤਾਂ ਆਪਾਂ ਨੂੰ ਜਿਹੜੀ ਹੈਗੀ ਹੈ ਲੀਟਰ ਦੀ ਦਵਾਈ ਉੱਥੇ ਨਹੀਂ ਕਰਨੀ ਚਾਹੀਦੀ। ਸਭ ਕੁਝ ਗੁਜ਼ਾਰਨ ਸਾਲਟ ਹੁੰਦਾ ਉਹਦੇ ਵਿੱਚ ਉਹ ਇਹਨਾਂ 'ਤੇ ਮਾੜਾ ਅਸਰ ਪਾਉਂਦੀ ਹੈ, ਉਹਨਾਂ ਦੀ ਉਗਣ ਸ਼ਕਤੀ ਜਿਹੜੀ ਹੈ ਘਟਾ ਦਿੰਦੀ ਹੈ ਜਿਹੜੀ ਅਗਲੀਆਂ ਫਸਲਾਂ ਦੀਆਂ ਆਪਾਂ ਇਹ ਚੀਜ਼ਾਂ ਬੀਜੀਏ ਮੱਕੂ ਵਗੈਰਾ। ਇਹ ਜੀ ਕਿਸਾਨ ਵੀਰੋ ਨਦੀਆਂ ਹੁਣ ਆ ਜਾਂਦੇ ਆਪਾਂ ਵੀ ਘਾਟ ਆ ਜਾਂਦੀ ਹੈ ਜਿਹੜੀ ਹੌਲੀ ਹੌਲੀ ਕਣਕ ਦੇ ਪਰ ਕਈ ਵਾਰ ਪੀਲੀ ਪੈਣ ਲੱਗ ਜਾਂਦੀ ਹੈ, ਕਈ ਵਾਰ ਆਪਾਂ ਦੇਖਦੇ ਹਾਂ ਪੱਤੇ ਜਿਹੜੇ ਹੈਗੇ ਆ ਗੰਦਾ ਲੈ ਜਾਂਦੇ ਆ। ਆਪਾਂ ਹੁਣ ਉਹਨਾਂ ਬਾਰੇ ਗੱਲ ਕਰਾਂਗੇ ਵੀ ਉਹ ਖੇਤ 'ਚ ਆਪਾਂ ਜਾਈਏ ਅਤੇ ਆਪਾਂ ਨੂੰ ਕਿਵੇਂ ਪਤਾ ਲੱਗੇ ਵੀ ਕਿਹੜੀ ਚੀਜ਼ ਦੀ ਘਾਟ ਹੈ, ਤਾਂ ਕਿ ਆਪਾਂ ਉਹੀ ਤੱਤ ਆਪਾਂ ਉਸ ਚੀਜ਼ ਦੀ ਸਪਰੇ ਕਰੀਏ। ਹੁਣ ਜਿਵੇਂ ਆਪਾਂ ਕਈ ਵਾਰ ਜਾਂਦੇ ਹਾਂ ਆਪਾਂ ਕਹਿੰਦੇ ਹਾਂ ਕਣਕ ਦੀ ਪੀਲੀ ਹੋ ਜਾਂਦੀ ਹੈ ਦੁਕਾਨ ਦਾ, ਉਹ 2-3 ਦਿਨ ਦਵਾਈਆਂ ਤੁਹਾਨੂੰ ਦੇ ਦੂਗਾ, ਉਹਦੇ ਨਾਲ ਆਪਾਂ ਖਰਚਾ ਵਧਾ ਕੇ ਆ ਜਾਂਗੇ, ਇਹ ਪਤਾ ਨਹੀਂ ਹੁੰਦਾ ਵੀ ਘਾਟ ਕਾਹਦੀ ਅਸਰ ਸਹੀ ਕਰੂਗੀ ਜਾਂ ਨਾ ਕਰੂਗੀ। ਇਹਦੇ 'ਚ ਕਿਸਾਨ ਵੀਰੋ 3-4 ਘਾਟਾਂ ਜਿਹੜੀਆਂ ਹੁੰਦੀਆਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹੈਗੇ ਹਾਂ ਮੈਗਨੀਜ਼ ਦੀ ਘਾਟ। ਮੈਗਨੀਜ਼ ਦੀ ਘਾਟ 'ਚ ਕੀ ਹੁੰਦਾ, ਜਿਹੜੇ ਪਚਾਲੜੇ ਪੱਤੇ ਹੁੰਦੇ ਆ ਉਹਨਾਂ 'ਤੇ ਕਹਿ ਲਈਏ ਆਪਾਂ ਪਹਿਲਾਂ ਜਿਹੜੀਆਂ ਉਹਦੀਆਂ ਨਾੜਾਂ ਹੁੰਦੀਆਂ ਪੱਤੇ ਦੀਆਂ, ਪੱਤੇ ਦੀਆਂ ਨਾੜਾਂ ਵਿਚਲਾ ਹਿੱਸਾ ਹੁੰਦਾ ਜਿਹੜਾ ਉਹ ਪੀਲਾ ਪੈਣ ਲੱਗੂਗਾ, ਕੀੜੇ ਤੋਂ ਥੋੜ੍ਹਾ ਜਿਹਾ ਗੁਲਾਬੀ ਭਾਵ ਵੀ ਮਾਰਨ ਲੱਗ ਜਾਂਦਾ ਅਤੇ ਹੌਲੀ ਹੌਲੀ ਉਹਦੀ ਲੰਮੀਆਂ ਧਾਰੀਆਂ ਬਣ ਜਾਂਦੀਆਂ ਚਿੱਟੇ ਰੰਗ ਦੀਆਂ। ਤੁਸੀਂ ਜੇ ਇਹ ਜਿਹਾ ਦੇਖਦੇ ਹੋ ਕਣਕ ਦੇ ਵਿੱਚ ਤਾਂ ਸਮਝ ਲਓ ਉੱਥੇ ਮੈਗਨੀਜ਼ ਦੀ ਘਾਟ। ਜੇਕਰ ਤੁਹਾਨੂੰ ਦੇਖਣਾ ਹੋਵੇ ਆਪਣੇ ਖੇਤ ਕੋਲ ਤਾਂ ਤੁਹਾਨੂੰ ਜਿਹੜੀ ਕਣਕ ਆ ਉਹ ਐਂ ਲੱਗੂਗੀ ਜੇ ਉੱਥੇ ਕੋਈ ਜਾਨਵਰ ਜੇ ਬਹਿ ਕੇ ਉੱਥੇ ਹੁੰਦੇ ਆ ਉਹ ਤੁਹਾਨੂੰ ਕਣਕ ਜਿਹੜੀ ਬੈਠੀ ਬੈਠੀ ਲੱਗੂਗੀ ਅਤੇ ਜਿਹੜੀ ਤੁਹਾਡੀ ਕਣਕ ਦਾ ਵਾਧਾ ਵੀ ਕਣਕ ਖੜ੍ਹ ਜਾਂਦੀ ਹੈ ਉਹਦਾ ਉਦੋਂ ਬਾਅਦ ਚੱਲਦੀ ਨਹੀਂ, ਉਹ ਹੁੰਦੀ ਹੈ ਆਪਣੀ ਮੈਗਨੀਜ਼ ਦੀ ਘਾਟ। ਉੱਥੇ ਆਪਾਂ ਕੀ ਕਰਨਾ, ਮੈਗਨੀ ਸਲਫੇਟ ਦੀ ਜਿਹੜੀ ਹੈਗੀ ਹੈ ਸਪਰੇ ਕਰਨੀ ਹੈ ਅਤੇ ਮੈਗਨੀ ਸਲਫੇਟ ਦੀ ਜਿਹੜੀ ਸਪਰੇ ਕਰਨੀ ਹੈ ਉਹ ਪਹਿਲਾਂ ਪਹਿਲੇ ਪਾਣੀ ਤੋਂ ਜਿਹੜੀ ਹੈਗੀ ਹੈ 3-4 ਦਿਨ ਪਹਿਲਾਂ ਆਪਾਂ ਕਰ ਸਕਦੇ ਹਾਂ, ਜਿਹੜੀ ਪਹਿਲੀ ਡੋਜ਼ ਆਪਾਂ ਕਰਨੀ ਹੈ ਜਿੱਥੇ ਮੈਗਨੀ ਦੀਆਂ ਜਿੱਥੇ ਪਹਿਲਾਂ ਵੀ ਘਾਟਾਂ ਆਉਂਦੀਆਂ ਹੈਗੀਆਂ ਉੱਥੇ ਮੈਗਨੀ ਦੀ ਆਪਾਂ ਕਰ ਸਕਦੇ ਹਾਂ। ਜ਼ਿਆਦਾ ਘਾਟ ਉੱਥੇ ਆਉਂਦੀ ਹੈ ਵੀ ਜਿੱਥੇ ਆਪਾਂ ਝੋਨਾ ਅਤੇ ਕਣਕ ਬੀਜਦੇ ਹਾਂ, ਜੇਕਰ ਨਰਮੇ ਤੋਂ ਬਾਅਦ ਕਣਕ ਬੀਜਦੇ ਹਾਂ ਤਾਂ ਉਹਨਾਂ ਉਸ ਫਸਲੀ ਚੱਕਰ 'ਚ ਘੱਟ ਆਉਂਦੀ ਹੈ, ਜਿੱਥੇ ਝੋਨਾ ਕਣਕ ਜ਼ਿਆਦਾ ਚੱਲਦਾ ਉੱਥੇ ਜਿਹੜੀ ਹੈ ਮੈਗਨੀ ਦੀ ਘਾਟ ਉਹ ਜ਼ਿਆਦਾ ਆਉਂਦੀ ਹੈ। ਉਹਦੇ ਲਈ ਆਪਾਂ 0.5% ਮੈਗਨੀ ਸਲਫੇਟ ਦੀ ਸਪਰੇ ਕਰ ਸਕਦੇ ਹਾਂ, ਮਤਲਬ ਕਿਲੋ ਮੈਗਨੀ ਸਲਫੇਟ 200 ਲੀਟਰ ਪਾਣੀ 'ਚ ਪਾ ਕੇ ਸਪਰੇ ਕਰਾਂਗੇ। ਇਹਦੀਆਂ ਜਿਹੜੀਆਂ ਕੋਈ ਵੀ ਛੋਟਾ ਤੱਤ ਹੈਗਾ ਮਤਲਬ ਜਿਹੜੀ ਹੈਗਾ ਮੈਗਨੀਸ਼ੀਅਮ ਲਾ ਲਓ ਸਲਫਰ ਲਾ ਲਓ ਇਹਨਾਂ ਨੇ ਗਿਣਨੇ ਆ ਵੀ ਜੇਕਰ ਘਾਟ ਆਉਂਦੀ ਹੈ ਤਾਂ ਇਹਦੀਆਂ ਘੱਟੋ ਘੱਟ ਆਪਾਂ ਨੂੰ 2-3 ਸਪਰੇਆਂ ਕਰਨੀਆਂ ਪੈਣੀਆਂ। ਇੱਕ ਸਪਰੇ ਨਾਲ ਜਿਹੜੀ ਇਹਦੀ ਹੈ ਕਦੇ ਵੀ ਘਾਟ ਹੈਗੀ ਜਿਹੜੀ ਉਹ ਪੂਰੀ ਨਹੀਂ ਹੁੰਦੀ। ਜੇਕਰ ਆਪਾਂ ਇੱਕ ਸਪਰੇ ਕਰਕੇ ਕਹਿ ਦਾਂਗੇ ਵੀ ਜਿਹੜੀ ਇਹਦੀ ਇਹਦਾ ਘਾਟ ਪੂਰੀ ਹੁੰਦੀ ਉਹ ਚੀਜ਼ ਨਹੀਂ ਹੁੰਦੀ, 2-3 ਸਪਰੇਆਂ ਆਪਾਂ ਨੂੰ ਕਰਨੀਆਂ ਪੈਣੀਆਂ। ਜੇ ਮੈਂ ਦੱਸਿਆ ਮੈਗਨੀ ਦੀ ਜਿਹੜੀ ਪਹਿਲੀ ਸਪਰੇ ਕਰਨੀ ਆ ਉਹ ਪਾਣੀ ਤੋਂ 2-4 ਦਿਨ ਪਹਿਲਾਂ ਕਰਕੇ
ਤੇ ਉਦੋਂ ਬਾਅਦ ਜਿਹੜੀ ਹੈਗੀ ਹੈ ਉਹ ਹਫ਼ਤੇ ਹਫ਼ਤੇ 'ਤੇ ਜਿਹੜੀਆਂ ਆਉਂਦੀਆਂ ਦੋ ਸਪਰੇਆਂ ਹੋਰ ਆਪਾਂ ਕਰ ਦੇਣੀਆਂ ਉਹਦੇ ਨਾਲ ਜਿਹੜੀ ਹੈ ਮੈਗਨੀ ਦੀ ਘਾਟ ਆ ਪੂਰੀ ਹੋ ਜੂਗੀ। ਅਗਲੀ ਆਉਂਦੀ ਆਪਣੀ ਘਾਟ ਹੈਗੀ ਹੈ ਜਿੰਕ ਦੀ ਘਾਟ। ਜਿੰਕ ਦੀ ਘਾਟ 'ਚ ਕੀ ਹੁੰਦਾ, ਜਿਹੜੇ ਵਿਚਾਰੇ ਦੇ ਪੱਤੇ ਹੁੰਦੇ ਆ ਉਹ ਕੀੜੇ ਪੈਣ ਲੱਗ ਜਾਂਦੇ ਆ। ਤੁਹਾਨੂੰ ਜਿਹੜਾ ਬੂਟਾ ਹੈਗਾ ਉਹਦੀ ਜਿਹੜੀ ਹੈਗੀ ਆ ਆਪਣਾ ਤਣਾ ਕਹਿ ਕੇ ਉਹ ਵੀ ਕਈ ਵਾਰ ਥੋੜ੍ਹਾ ਜਿਹਾ ਬਰੀਕ ਰਹਿ ਜਾਂਦਾ ਅਤੇ ਬੂਟਾ ਤੁਹਾਨੂੰ ਦੂਰੋਂ ਲੱਗੂਗੀ ਜਿਵੇਂ ਝਾੜੀਆਂ 'ਚ ਲੁਗਣ ਲੱਗ ਜਾਂਦੇ ਆ ਕਣਕ ਦੇ ਬੂਟੇ। ਅਤੇ ਜਿਹੜੇ ਦੂਜਾ ਤੀਜਾ ਪੱਤਾ ਹੁੰਦਾ ਕਣਕ ਦਾ ਉਹ ਕੀ ਹੈ, ਜਦੋਂ ਜ਼ਿਆਦਾ ਕਮਜ਼ੋਰ ਹੋ ਜਾਂਦਾ ਉਹ ਕੀੜੇ ਤੋਂ ਹੌਲੀ ਹੌਲੀ ਸੈਟਲ ਹੋਣ ਲੱਗ ਜਾਂਦਾ, ਜਿਵੇਂ ਜੰਗਾਲ ਜਿਹਾ ਲੱਗਿਆ ਹੁੰਦਾ ਉਹਨੂੰ। ਤੁਸੀਂ ਦੇਖਿਆ ਹੋਣਾ ਕਣਕ ਦੇ ਪੱਤੇ ਕਈ ਵਾਰ ਭੂਰੇ ਜਿਹੇ ਹੋ ਰਹੇ ਜਦੋਂ ਖੇਤ 'ਚ ਜਾਂਦੇ ਆ ਕਿ ਜੰਗਾਲ ਜਿਹਾ ਲੱਗਿਆ ਹੋਵੇ। ਜੇ ਇਹਦੀ ਦਿੱਕਤ ਆਉਂਦੀ ਹੈ ਤਾਂ ਉਹ ਜਦੋਂ ਜ਼ਿਆਦਾ ਘਾਟ ਆਜੂਗੀ ਜਿਹੜਾ ਵਿਚਾਲਾੜਾ ਤੀਜਾ ਦੂਜਾ ਪੱਤਾ ਹੈ ਉਹਨੇ ਕੀ ਹੈ, ਜਿਵੇਂ ਆਮ ਪੱਤੇ ਐਂ ਹੁੰਦੇ ਆਪਣੇ ਉਹਨਾਂ ਜਿਹੜਾ ਵਿਚਾਲੋਂ ਲੱਕ ਟੁੱਟ ਕੇ ਉਹ ਐਂ ਲੰਮ ਕੇ ਜਾਂਦੇ ਆ ਬਾਅਦ 'ਚ ਪੱਤੇ। ਤੁਸੀਂ ਆਮ ਹੀ ਦੇਖੇ ਹੋਣੇ ਕਿ ਜਿਹੜੇ ਲੱਗਦੇ ਆ ਟੁੱਟ ਜਾਂਦਾ ਪੱਤਿਆਂ ਨਾਲ ਵਿਚਾਲੋਂ ਲੰਮਕਣ ਲੱਗ ਜਾਂਦੇ। ਜੇਕਰ ਇਹ ਚੀਜ਼ ਹੁੰਦੀ ਹੈ ਤਾਂ ਉੱਥੇ ਆਪਾਂ ਸਮਝ ਲਾਂਗੇ ਜਿਹੜੀ ਹੈ ਜਿੰਕ ਦੀ ਘਾਟ ਆ ਗਈ ਆਪਾਂ ਨੂੰ। ਅਤੇ ਜਿੰਕ ਜਿੱਥੇ ਜਿਵੇਂ ਮੰਨ ਲਓ ਮੈਂ ਤੁਹਾਨੂੰ ਦੱਸਿਆ ਸੀਗਾ ਆਪਾਂ ਸਮੇਂ 'ਚ ਪਾਉਂਦੇ ਹਾਂ, ਜੇਕਰ ਹਰੀ 'ਚ ਬਿਜਾਈ ਵੇਲੇ ਤੁਸੀਂ ਪਾਉਂਦੇ ਹੋ ਤਾਂ 25 ਕਿਲੋ ਜਿਹੜੀ ਹੈਗੀ 1% ਆਪਾਂ ਉਹਦੀ ਰੋਜ਼ ਪਾ ਸਕਦੇ ਹਾਂ। ਅਤੇ ਪਰ ਆਪਾਂ ਜਿਹੜੀ ਹੈਗੀ ਹੈ ਜਿੰਕ ਦੀ ਜਦੋਂ ਘਾਟ ਆਉਂਦੀ ਹੈ ਆਪਾਂ ਵੱਧ ਖਰਚਾ ਕਰਨ ਦੀ ਬਜਾਏ ਉਹਨੂੰ ਥੋੜ੍ਹੇ ਖਰਚੇ 'ਚ ਕਿਵੇਂ ਆਪਾਂ ਚਲੀਏ ਕੰਟਰੋਲ ਕਰ ਸਕਦੇ ਹਾਂ ਜਾਂ ਤੱਤ ਪੂਰਾ ਕਰ ਸਕਦੇ ਹਾਂ। ਆਪਾਂ ਜਿਹੜੀ ਜਿੰਕ ਸਰਫੇਟ ਦੀ ਹੈਗੀ ਹੈ ਉਹਦੀ ਵੀ ਜਿਹੜੀ 0.5% ਜਿਹੜੀ ਹੈ ਸਪਰੇਅ ਕਰਨੀ, ਸਪਰੇਅ 'ਤੇ ਆਪਣਾ ਸਾਰਾ ਕਿਲੋ ਜਿੰਕ ਲੱਗੂਗਾ। ਜੇ ਆਪਾਂ ਚਿੱਟਾ ਲੈਂਦੇ ਹਾਂ ਤਾਂ ਆਪਾਂ ਨੂੰ 25 ਕਿਲੋ ਜਿੰਕ ਲੱਗੂਗਾ। ਇਹਦੇ 'ਚ ਕੀ ਹੈ, ਜਿਹੜਾ ਜਿੰਕ ਹੈ ਆਪਾਂ ਕਿਲੋ ਜਿੰਕ ਸਰਫੇਟ ਲੈਣਾ ਅਤੇ ਅੱਧਾ ਕਿਲੋ ਜਿਹੜੀ ਗਲਿਆਂ ਦੀ ਕਣੀ ਉਹ ਰਾਤ ਨੂੰ ਭਿਉਂ ਕੇ ਰੱਖ ਦਿਓ, ਉਹਦਾ ਨਿਸ਼ਚਾ 500 ਗ੍ਰਾਮ ਆਪਾਂ ਜਿੰਕ 'ਚ ਮਿਕਸ ਕਰ ਲੈਣਾ ਤਾਂ ਉਦੋਂ ਹੀ ਧਿਆਨ ਰੱਖਣਾ ਮਾੜਾ ਜਿਹਾ ਵੀ ਨਿਤਾਲ ਕੇ ਚੰਗਾ ਪਾ ਲਈਏ। ਜੇਕਰ ਕਈ ਵਾਰ ਵਿੱਚ ਰਹਿ ਜਾਈਏ ਗਲਿਆਂ ਵਾਲੀ ਕਣੀ ਦਾ ਚੂਨਾ ਤਾਂ ਉਹ ਸੋਚਦਾ ਬੰਦ ਕਰ ਦੂ ਆਪਣੀ। ਅਤੇ ਉਹਦੇ 'ਚ ਜਦੋਂ ਆਪਾਂ ਨਿਤਾਲ ਕੇ ਇਹ ਸਪਰੇਅ ਕਰਾਂਗੇ 200 ਲੀਟਰ ਪਾਣੀ 'ਚ ਮਿਲਾ ਕੇ, ਕਿਲੋ ਜਿੰਕ ਅੱਧਾ ਕਿਲੋ ਡਲਿਆਂ ਵਾਲੀ ਕਣੀ ਦਾ ਜਿਹੜਾ ਹੈਗਾ ਪਾਣੀ, ਤਾਂ ਉਹਦੇ ਨਾਲ ਜਿਹੜੀ ਹੈਗੀ ਹੈ ਜਿੰਕ ਹੈਗੀ ਆਪਣਾ ਦੀ ਘਾਟ ਹੈਗੀ ਹੈ ਉਹ ਪੂਰੀ ਹੋ ਜੂ। ਇਹਦੀਆਂ ਵੀ ਆਪਾਂ ਨੂੰ 2 ਤੋਂ 3 ਜਿਹੜੀਆਂ ਸਪਰੇਆਂ ਕਰਨੀਆਂ ਪੈਣੀਆਂ। ਕਿੱਥੇ ਆਪਣੀ 25 ਕਿਲੋ ਜਿੰਕ ਲੱਗਣੀ ਸੀ, ਕਿੱਥੇ ਆਪਾਂ ਨੂੰ 3 ਕਿਲੋ ਜਿੰਕ 'ਚ ਸਰ ਗਿਆ, ਆਪਣੇ ਜਿਹੜੇ ਪੈਸੇ ਵੀ ਆ ਉਹ ਬਚ ਜਾਣਗੇ। ਅੱਗੇ ਜਿਹੜੀ ਘਾਟ ਆ ਜਾਂਦੀ ਹੈਗੀ ਹੈ ਕਈ ਵਾਰ ਸਲਫਰ ਦੀ ਘਾਟ, ਸਲਫਰ ਦੀ ਘਾਟ ਹੈਗੀ ਹੈ ਜਿਹੜੀ ਆ ਉਹ ਆਉਂਦੀ ਹੈ ਜ਼ਿਆਦਾਤਰ ਜਿੱਥੇ ਆਪਾਂ ਕਹਿੰਗੇ ਵੀ ਰੇਸਲੀ ਜ਼ਮੀਨ ਹੈ। ਰੇਸਲੀ ਜ਼ਮੀਨ ਨਾਲ ਕੀ ਹੁੰਦਾ, ਹੁਣ ਜਿਵੇਂ ਸਰਦੀਆਂ ਵਾਲੀ ਬਾਰਿਸ਼ਾਂ ਪੈਣੀਆਂ ਸ਼ੁਰੂ ਹੋ ਜਾਣੀਆਂ, ਕਈ ਵਾਰ ਜਦੋਂ ਵੱਧ ਬਾਰਿਸ਼ ਪੈਂਦੀ ਹੈ ਅਤੇ ਉਹਦਾ ਜਿਹੜਾ ਸਲਫਰ ਤੱਤ ਹੈਗਾ ਉਹ ਜਿਹੜਾ ਜ਼ਮੀਨ 'ਚ ਲੀਚਣਾ ਉਹ ਕਰ ਜਾਂਦਾ। ਇੰਗਲਿਸ਼ 'ਚ ਆਪਾਂ ਉਹਨੂੰ ਲੀਚਿੰਗ ਕਹਿੰਦੇ ਹਾਂ। ਵੀ ਮੰਨ ਲਓ ਜ਼ਮੀਨ ਦੀ ਜਿਹੜੀ ਜਿੱਥੋਂ ਆਪਣਾ ਤੱਤ ਲੈਂਦਾ ਬੂਟਾ ਉੱਥੋਂ ਥੱਲੇ ਚੱਲ ਜਾਂਦਾ ਸਲਫਰ ਤੱਤ, ਉਹਦੇ ਕਰਕੇ ਜਿਹੜੀ ਹੈਗੀ ਹੈ ਸਲਫਰ ਦੀ ਜਿਹੜੀ ਹੈਗੀ ਆਪਣੀ ਘਾਟ ਆ ਜਾਂਦੀ। ਇਹ ਜਿਹੜੀ ਘਾਟ ਦੀਆਂ ਨਿਸ਼ਾਨੀਆਂ ਹੈਗੀਆਂ ਇਹ ਜਿਹੜੀਆਂ ਤਾਂ ਵਾਲੇ ਪੱਤਿਆਂ 'ਤੇ ਆਉਣਗੀਆਂ, ਜਿਹੜੀਆਂ ਨਵੇਂ ਨਿਕਲਦੇ ਪੱਤੇ ਕਹਿ ਲਈਏ ਜਾਂ ਆਪਾਂ ਉੱਪਰਲੇ ਪੱਤੇ ਕਹਿ ਲਈਏ ਉਹ ਜਿਹੜੇ ਉਹ ਕੀਲੇ ਪੈਣੇ ਸ਼ੁਰੂ ਹੋ ਜਾਂਦੇ ਆ। ਉਹਦੇ 'ਚ ਇੱਕ ਖਾਸੀਅਤ ਹੋਰ ਹੁੰਦੀ ਹੈ, ਜਿਹੜੇ ਉੱਪਰਲੇ ਪੱਤੇ ਜਦੋਂ ਪੀਲੇ ਪੈਂਦੇ ਆ ਉਹਦੀ ਜਿਹੜੀ ਨੋਕ ਆ ਉੱਪਰਲੀ ਉਹ ਹਰੀ ਰਹੂਗੀ, ਬਾਕੀ ਸਾਰਾ ਪੱਤਾ ਤੁਹਾਨੂੰ ਪੀਲਾ ਦੇਖੂਗਾ। ਜੇਕਰ ਅਜਿਹਾ ਹੁੰਦਾ ਤਾਂ ਉਦੋਂ ਆਪਾਂ ਸਲਫਰ ਦੀ ਘਾਟ ਸਮਝੀਏ। ਕਈ ਵਾਰ ਆਪਾਂ ਨਾਈਟ੍ਰੋਜਨ ਕਹਿ ਲਈਏ ਅਤੇ ਸਲਫਰ ਦੀ ਘਾਟ ਆਪਾਂ ਕਹਿ ਲਈਏ ਵੀ ਡਿਪੈਂਡ ਨਹੀਂ ਕਰ ਪਾਉਂਦੇ ਜਾਂ ਆਪਾਂ ਦੱਸਦੇ ਵਿੱਚ ਕਿਹੜੀ ਘਾਟ ਆ ਉਹਦੇ 'ਚ ਜਿਹੜੀ ਯੂਰੀਆ ਜਿੱਥੇ ਆਪਾਂ ਪਾਉਂਦੇ ਹਾਂ ਨਾਈਟ੍ਰੋਜਨ ਦੀ ਘਾਟ ਆਈ ਹੁੰਦੀ ਹੈ। ਨਾਈਟ੍ਰੋਜਨ ਦੀ ਘਾਟ ਤਾਂ ਜਿਹੜੇ ਤੁਹਾਡੇ ਹੇਠਲੇ ਪੱਤੇ ਜਿਹੜੇ ਪੁਰਾਣੇ ਪੱਤੇ ਕਹਿੰਦੇ ਆ ਉਹ ਕੀੜੇ ਪੈਣਗੇ, ਅਤੇ ਜਿਹੜੇ ਸਲਫਰ ਦੀ ਜਦੋਂ ਘਾਟ ਹੈ ਉਹ ਤੁਹਾਡੇ ਉੱਪਰਲੇ ਪੱਤੇ ਕੀੜੇ ਪੈਣਗੇ। ਅਤੇ ਸਲਫਰ ਦੀ ਘਾਟ ਜਿਹੜੀ ਹੈਗੀ ਆ ਉਹ ਆਪਾਂ 2 ਤਰ੍ਹਾਂ ਪੂਰੀ ਕਰ ਸਕਦੇ ਹਾਂ। ਉਹ ਹੈਗਾ ਇੱਕ ਤਾਂ ਆਪਾਂ ਜੇ ਮੈਡਮ ਨੇ ਦੱਸਿਆ ਸੀ ਵੀ ਜਿਪਸਮ ਪਾ ਸਕਦੇ ਹਾਂ, ਜਿਪਸਮ ਦੀ ਜਿਹੜੀ ਡੋਜ਼ ਹੈਗੀ ਆ ਕਣਕ 'ਚ ਹੈਗੀ ਹੈ 1 ਕੁਇੰਟਲ ਪ੍ਰਤੀ ਕਿੱਲਾ। ਇਹ ਹੁਣ ਆਪਣੇ ਮਹਿਕਮੇ 'ਚ ਸਬਸਿਡੀ 'ਤੇ ਵੀ ਆਈ ਹੋਈ ਹੈ, 175 ਰੁਪਈਆ ਗੱਟਾ ਮਹਿਕਮੇ 'ਚ ਮਿਲਦਾ ਪਿਆ ਜੇ ਜ਼ਮੀਨ ਲੈਣੀ ਹੋਵੇ। ਕਿਉਂਕਿ ਕਈ ਜਗ੍ਹਾ 'ਤੇ ਜਦੋਂ ਜ਼ਮੀਨ ਜਦੋਂ ਜਿੱਥੇ ਜ਼ਿਆਦਾ ਝੋਨਾ ਲਾਉਂਦੇ ਹਾਂ ਆਪਾਂ ਉਹਦੇ 'ਚ ਕੀ ਹੈ ਕੱਦੂ ਕਰਨ ਕਰਕੇ ਇੱਕ ਕੜਾ ਬਣ ਜਾਂਦਾ ਜ਼ਮੀਨ ਦੇ ਵਿੱਚ, ਕਈ ਵਾਰ ਪਾਣੀ ਜੀਰਨੋਂ ਹਟ ਜਾਂਦਾ, ਪਾਣੀ ਖੜਨ ਲੱਗ ਜਾਂਦਾ ਉਸ ਥਾਂ 'ਤੇ। ਉਸ ਥਾਂ 'ਤੇ ਜਦੋਂ ਆਪਾਂ ਜਿਪਸਮ ਪਾਉਂਦੇ ਹਾਂ ਤਾਂ ਜਿਹੜੀ ਉਹ ਜ਼ਮੀਨ ਦੇ ਪੋਰ ਖੋਲ੍ਹ ਦਿੰਦੀ ਹੈ, ਜਦੋਂ ਪੋਰ ਖੋਲ੍ਹ ਦਿੰਦੀ ਹੈ ਪਾਣੀ ਜੀਰਨ ਲੱਗ ਜਾਂਦਾ। ਇਸ ਲਈ ਜਿਪਸਮ ਆਪਣੇ ਉਸ ਥਾਂ ਵੀ ਆ ਸਕਦੀ ਹੈ ਅਤੇ ਸਲਫਰ ਦੀ ਜਿਹੜੀ ਘਾਟ ਹੈਗੀ ਹੈ ਉਹ ਵੀ ਪੂਰੀ ਕਰ ਦੂ ਆਪਣੀ। ਜੇਕਰ ਆਪਾਂ ਨੂੰ ਜਿਪਸਮ ਨਹੀਂ ਮਿਲਦਾ ਤਾਂ ਉੱਥੇ ਆਪਾਂ ਕੀ ਕਰਨਾ ਹੈ, ਆਪਾਂ ਬੈਂਟੋਨਾਈਟ ਸਲਫਰ ਹੈ ਜਿਹੜੀ 80% ਆਉਂਦੀ ਹੈ ਉਹਦਾ ਜਿਹੜਾ 18 ਕਿਲੋ ਹੈਗੀ ਹੈ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਉਹਦੀ ਜਿਹੜੀ ਹੈਗੀ ਆਪਾਂ ਸਪਰੇ ਕਰ ਦੇਣੀ ਹੈ। ਕਿਉਂਕਿ ਜਿਹੜਾ ਜਿਪਸਮ ਹੈਗਾ ਉਹਦੇ 'ਚ ਜਿਹੜਾ ਸਲਫਰ ਤੱਤ ਹੁੰਦਾ 18.6% ਹੁੰਦਾ, ਇਸ ਕਰਕੇ ਆਪਾਂ 18 ਕਿਲੋ ਜਿਹੜੀ ਹੈਗੀ ਹੈ
सल्फर बेंटोनाइट की वो जी आप यूज करके सल्फर की जी है वह घाट पूरी कर सकते हैं। तो दूसरी मैं सब दसी जी है नाइट्रोजन की घाट है वह हमेशा हेठले पत्ते आप कहिए पुराने पत्ते आऊगी वो पीले हो जाते हैं पत्ते तो जेकर यह है तो आप 3% जी है यूरिए स्प्रे कर सकते यानी कि 3 किलो यूरिया लैके 100 लीटर पानी चपा के भी स्प्रे करेंगे तो जेकर यूरिए की घाट अपन बाद आ रही है फिर आप गट्टा सीटन की बजाय सिर्फ 3 किलो यूरिए अपना सर सकता तो आप चीज़ा करके मैं तो कहना जेकर जी जो स्प्रे करेंगे तो इन्हों की अपने जोड़े पैसे ऑटोमैटिकली बचने कितने 25 किलो देते कितने 3 किलो सारी अं यूरिए इतने 3 किलो कितने आप अद्धा गट्टा या गट्टा सीटा तो इस चीज़ का जोड़ा हल हो जूगा। ये चीज़ बी अपन घाटा हूँ अगे आ जाता है कई बार जोड़ा है तापमान बदल करके देखा होगा झोने च भी आप कह लिए कणक च भी भोक पै जाती है दाने नहीं होंगे हाँ उदों टैंपरेचर वध गया उस चीज़ तो बचन लिखना किसान जो आप जी है एन पी के 13 किलो 45 आती है उदिया जो दो स्प्रे कर एक तो गोह के टाइम एक जलों छिटे लगे जो ये दो टाइम से आप एन पी के भी स्प्रे कर देंगे थोड़ी जी कणक है झोना वे फोक नहीं पैनी कदम तजर्बा तुम करके देख लियो अगे तो जेकर सूँ लगता भी इतने टैंपरेचर वधना या वध रहा तो तुम चुप करके भी एन पी के 13 किलो 45 की स्प्रे कर दो उ जी थोड़ी कणक च फोक नहीं पैनी यह सीगा अपना मेन हूँ आप कीटनाशक दवाइया कीटनाशक दवाइया तो हो गई थोड़ा सारा पता या तो कई बार आ जाती है स्टेपा हों कणक का उसे थोड़ा सारा पता जो स्प्रे कर दौ तारा होगी अमीटा होगी तो उस बाद आ जाता अपना जी सैनिक होंगी है सैनिक होंगी का वह नाम तो कर सैनिक होंगी क्योंकि रात को हमला करती है अपने बूटा फिर रात में जी है सिद्धे भी मुकद ला के आती है जे अपने है पत्ते वो भी खाते होंगे कई बार कुतर दी है वो निशानी आपको देख सकते हैं कई बार आप दरख्तों के थले देखा वेंगड़ा पड़िया होंगे जी है सुनिए उतों आप पता लगता भी सैनिक सुनी का जोड़ा अटैक हो गया तो उसे आप जी है थोड़ा जहाँ हैगी है 40 एंड के हिसाब न या कोरोना पा लो सकते हो ये चीज़ा जी है सैनिक सुनी कंट्रोल कर सकते हो उसू बाद आ जाती है गुलाबी होंगी आप कह लिए गुलाबी होंगी है जी वो भी कंट्रोल करते हैं दवाइया उसे जी 40 की जगह आप 45 एंड पाने जी थोड़ा जहाँ हैगी है तो फिर लौकी है 7 किलो जी है प्रति लीटर आप पा लेनी चाहिए है ये मेन अपना जोड़ा है कीड़ा जो कणक होंगे वह है उसू बाद आ जाए कुछ बीमारियां जिमें कि कामया जी होगी करनाल बंक होगी तो टुंडू मंगनी होगी या आप मौलिया रोग कह लिए ये चीज़ा मैं तुम दस दिना कि इन्होंने बड़ा लंबा चौड़ा नहीं है काम जिसका आप गिनती थोड़ी की है फिर तो आप बीमारियों तो बच जाएंगे कणक तो जेकर आप नहीं सोचे फिर इन चो कई बार नमी जो ज़्यादा हो जाती है तो उस हिसाब से हवा से नमी ज़्यादा होती है तो ये चीज़ों की जी है आप दिक्कत का सामना करना पै सकता है उसे मोदी जी एक ग्रुप दिन स्प्रे लगाओ जिसे मतलब जोर लगता हो हल करना है कि आप घर का
ਦੇ ਟਾਈਮ ਤੋਂ ਪਾਣੀ ਦੇ ਵਿੱਚ ਭਿਓ ਲੈਣਾ ਜਦੋਂ ਸਭ ਤੋਂ ਜ਼ਿਆਦਾ ਤਾਪਮਾਨ ਹੋਜੇ ਮੰਨ ਲਓ ਕਰੋ 12 ਤੋਂ ਲੈ ਕੇ 2 ਵਜੇ ਕਿਉਂਕਿ ਦਿਨ ਦਾ ਮੈਕਸੀਮਮ ਕਈ ਲੋਕਾਂ ਨੂੰ ਭੁਲੇਖਾ ਹੋਊਗਾ ਜਿਹੜਾ ਟੈਂਪਰੇਚਰ ਹੁੰਦਾ ਉਹ 12 ਵਜੇ ਸਭ ਤੋਂ ਵੱਧ ਹੁੰਦਾ ਪਰ ਜਿਹੜਾ ਅਦਰ ਟੈਂਪਰੇਚਰ ਹੈ ਜਿਹੜਾ ਸਰਦੀਆਂ 'ਚ ਹੈ ਉਹ ਸਭ ਤੋਂ ਵੱਧ ਜਿਹੜਾ ਤਾਪਮਾਨ ਹੁੰਦਾ 2 ਵਜੇ ਹੁੰਦਾ ਅਤੇ 12 ਤੋਂ 2 ਆਪਾਂ ਜਿਹੜੀ ਹੈ ਕਣਕ ਨੂੰ ਭਿਓ ਕੇ ਰੱਖਾਂਗੇ ਜਾਂ ਪਾਣੀ 'ਚ ਭਿਓ ਕੇ ਰੱਖਾਂਗੇ ਜਿਹੜੀ ਮੰਗਣੀ ਹੁੰਦੀ ਹੈ ਉਹ ਹਲਕੀ ਹੁੰਦੀ ਹੈ ਕਣਕ ਦੇ ਦਾਣੇ ਦੇ ਭਾਰ ਨਾਲ ਉਹ ਜਿਹੜੀ ਨਿਤਰ ਕੇ ਉੱਪਰ ਆ ਜੂ ਉਹਨੂੰ ਜ਼ਮੀਨ ਚੱਕ ਕੇ ਸਾਰੀ ਜਿਹੜੀ ਹੈਗੀ ਹੈ ਬਾਹਰ ਸੁੱਟ ਸਕਦੇ ਹੋ ਅਤੇ ਉਹਦੇ ਨਾਲ ਜਿਹੜਾ ਆਪਣਾ ਇੱਕ ਹਿਸਾਬ ਦਾ ਬੀਜ ਹੈ ਉਹ ਜਿਹੜਾ ਵਧੀਆ ਹੁੰਦਾ ਜੀ ਅਤੇ ਆਖਰੀ ਜਿਹੜੀ ਬਿਮਾਰੀ ਹੋ ਗਈ ਉਹਨੂੰ ਮੌਰੀਆ ਰੋਗ ਕਹਿੰਦੇ ਆ ਮੌਰੀਆ ਰੋਗ ਨਾਲ ਕੀ ਹੁੰਦਾ ਹੈ ਜਿਹੜੇ ਅਲੱਗ ਅਲੱਗ ਸਾਨੂੰ ਰਿਜ਼ਲਟ ਮਿਲੂਗਾ ਉੱਥੋਂ ਪਤਾ ਲੱਗੂਗਾ ਵੀ ਕਿੱਥੇ ਜੇ ਜਾ ਕੇ ਜਿਹੜਾ ਆਪਣੀ ਜ਼ਮੀਨ 'ਚ ਸ਼ੋਰਾ ਲੱਗਿਆ
ਤੇ ਉਦੋਂ ਬਾਅਦ ਜੇਕਰ ਆਪਾਂ ਬਾਗ ਲਈ ਸੈਂਪਲ ਲੈਣਾ ਉਹਦੇ 'ਚ 3 ਫੁੱਟ ਦੀ ਜਗ੍ਹਾ ਆਪਾਂ ਨੂੰ 6 ਫੁੱਟ ਜਿਹੜਾ ਡੂੰਘਾ ਟੋਆ ਪੱਟਣਾ ਪਊਗਾ। ਉਹਦੇ 'ਚ ਜਿਵੇਂ ਇਹ 4 ਤੈਂਹਾਂ ਬਣਾਈਆਂ ਸੀ ਆਪਾਂ ਮਾਰਕਿੰਗ ਕੀਤੀ ਸੀ 0 ਤੋਂ 6 ਇੰਚ ਤੋਂ 12, ਉਹਦੇ 'ਚ 7 ਬੰਨੀਆਂ 0 ਤੋਂ 6 ਇੰਚ ਦੀ, 6 ਤੋਂ 12, 12 ਤੋਂ 24, 24 ਤੋਂ 36, 36 ਤੋਂ 48, 48 ਤੋਂ 60 ਬੰਨਣੀ ਅਤੇ 60 ਤੋਂ 72। ਆਹ ਥਾਵਾਂ 'ਤੇ ਆਪਾਂ ਲਾ ਲੈਣਾ। ਅਤੇ ਕਈ ਵਾਰ ਜਿਵੇਂ ਹੁਣ ਮੈਂ ਪਿੱਛੇ ਟੈਸਟ ਕਰਾਇਆ ਸੀ ਆਪਣੇ ਬਾਗ ਲਈ, ਉਹਦੇ 'ਚ ਕਈ ਵਾਰ ਥੱਲੇ ਰੋੜ ਆਉਣ ਲੱਗ ਜਾਂਦੇ ਆ। ਜੇਕਰ ਉਹ ਰੋੜ ਆਉਂਦੇ ਆ ਤਾਂ ਉਹ ਜਿਹੜੀ ਤੈਅ ਹੈਗੀ ਹੈ ਆਪਾਂ ਉਹਦੀ ਨਿਸ਼ਾਨੀ ਰੱਖ ਲੈਣੀ ਹੈ ਵੀ ਕਿੰਨੇ ਤੋਂ ਕਿੰਨੇ ਇੰਚ ਤੱਕ ਜਿਹੜੇ ਰੋੜ ਆ ਰਹੇ ਆ ਉਹਦੀ ਜਿਹੜੀ ਹੈਗੀ ਆਪਾਂ ਜਿਹੜੀ ਪਰਤ ਹੈਗੀ ਹੈ ਉਹ ਅਲੱਗ ਸੈਂਪਲ ਦੇ ਤੌਰ 'ਤੇ ਲੈ ਜਾਣੀ ਹੈ। ਇਹਦੇ ਨਾਲ ਆਪਣਾ ਜਿਹੜਾ ਹੈਗਾ ਬਾਗ ਦੀ ਜਿਹੜੀ ਤੁਸੀਂ ਜ਼ਮੀਨ ਜਦੋਂ ਬਾਗ ਲਾਉਣਾ, ਕੋਈ ਵੀ ਅਮਰੂਦਾਂ ਲਾਓ, ਕਿੰਨੀਆਂ ਕਿਨੂਆਂ ਦਾ ਲਾਓ, ਕੋਈ ਵੀ ਬਾਗ ਲਾਉਣਾ ਤਾਂ ਉਹਦੀ ਆਪਾਂ ਨੂੰ ਜਿਹੜਾ ਹੈਗਾ ਇਸ ਹਿਸਾਬ ਨਾਲ ਮਿੱਟੀ ਅਟੈਚ ਕਰਾ ਸਕਦੇ ਹਾਂ। ਅਤੇ ਸਭ ਤੋਂ ਵਧੀਆ ਲੈਬ ਜਿਹੜੀ ਹੈਗੀ ਆਪਣੀ ਸਭ ਤੋਂ ਨੇੜੇ ਹੈਗੀ ਆ ਉਹ ਬਾਦਲ ਬਣੀ ਹੋਈ ਹੈ, ਉੱਥੇ ਜਿਹੜੇ ਪੱਤੇ ਵੀ ਟੈਸਟ ਹੋ ਜਾਂਦੇ ਆਪਣੇ ਇਹਨਾਂ ਦੇ ਬਾਗਾਂ ਦੇ, ਵੀ ਕਹਿ ਲਓ ਕਿਨੂਆਂ ਦੇ ਜਾਂ ਹੋਰਾਂ ਦੇ ਪੱਤਿਆਂ 'ਚ ਵੀ ਤੱਤ ਦੱਸ ਦਿੰਦੇ ਆ ਕਿੰਨਾ ਚੀਜ਼ ਹੈਗੀ ਹੈ, ਕਿਹੜੀ ਚੀਜ਼ ਦੀ ਜਿਹੜੀ ਸਪਰੇ ਕਰਨ ਦੀ ਲੋੜ ਹੈਗੀ ਹੈ। ਇਹ ਸੀ ਕਿਸਾਨ ਵੀਰ ਜਿੰਨਾ ਕੁ ਮੈਨੂੰ ਪਤਾ ਸੀਗਾ, ਜੇਕਰ ਕੋਈ ਕਿਸੇ ਦਾ ਸਵਾਲ ਹੋਇਆ ਤਾਂ ਜ਼ਰੂਰ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ। ਧੰਨਵਾਦ।